हेलो गाइस, वेलकम टू डीडी एकेडमी। अपने जो सीडीपी ਦੇ ਕੁਐਸਚਨਸ ਦੀ ਸੀਰੀਜ਼ ਚੱਲ ਰਹੀ ਹੈ ਜੀ, ਉਸੇ ਸੀਰੀਜ਼ ਨੂੰ ਕੰਟੀਨਿਊ ਕਰਦੇ ਹਾਂ ਅਤੇ ਦੇਖਦੇ ਹਾਂ ਅੱਜ ਆਪਾਂ ਹੋਰ ਸੀਡੀਪੀ ਦੇ ਕੁਝ ਐਮਸੀਕਿਊਜ਼। ਸ਼ੁਰੂ ਕਰਦੇ ਹਾਂ ਪਹਿਲੇ ਕੁਐਸਚਨ ਤੋਂ, ਜਿਹਦੇ ਵਿੱਚ ਸਭ ਤੋਂ ਫਸਟ ਕੁਐਸਚਨ ਤੁਹਾਡਾ ਹੈਗਾ ਦ ਰੇਨਫੋਰਸਮੈਂਟ ਸਕੈਡਿਊਲ ਦੈਟ ਇਟ ਲੋਐਸਟ ਪਰਫੋਰਮੈਂਸ ਇਜ਼। ਰੇਨਫੋਰਸਮੈਂਟ ਅਨੁਸੂਚੀ ਜੋ ਸਭ ਤੋਂ ਘੱਟ ਪ੍ਰਦਰਸ਼ਨ ਦਿੰਦੀ ਹੈ। ਰੇਨਫੋਰਸਮੈਂਟ ਯਾਨੀ ਕਿ ਇੱਕ ਅਜਿਹਾ ਪੁਨਰਬਲਨ, ਇੱਕ ਅਜਿਹਾ ਕਹਿ ਲਓ ਫੋਰਸ ਜਿਹੜੇ ਤੁਹਾਡੇ ਕੰਮ ਕਰਨ ਦੀ ਜੋ ਸਮਰੱਥ ਹੈ ਜੀ, ਉਸਨੂੰ ਕੀ ਕਰੂਗੀ, ਬੂਸਟ ਕਰੂਗੀ, ਉਸਨੂੰ ਵਧਾਊਗੀ। ਠੀਕ ਹੈ, ਹੁਣ ਰੇਨਫੋਰਸਮੈਂਟ ਦੋ ਪ੍ਰਕਾਰ ਦੀ ਹੁੰਦੀ ਹੈ, ਇੱਕ ਪੋਜ਼ਿਟਿਵ ਅਤੇ ਇੱਕ ਨੈਗੇਟਿਵ। ਪੋਜ਼ਿਟਿਵ ਜਿੱਦਾਂ ਆਪਾਂ ਕਹਿ ਦਈਏ, ਕੋਈ ਕੰਮ ਕਰਵਾਉਣ ਦੇ ਲਈ ਆਪਾਂ ਬੱਚੇ ਨੂੰ ਕੀ ਕਰਦੇ ਹਾਂ, ਉਹਨੂੰ ਕੋਈ ਪੋਜ਼ਿਟਿਵ ਚੀਜ਼ ਦਿੰਦੇ ਹਾਂ। ਜਿਵੇਂ ਆਪਾਂ ਕਹਿੰਦੇ ਵੀ ਅਗਰ ਤੁਸੀਂ ਕੁਝ ਕਰਕੇ ਦਿਖਾਓਗੇ ਤਾਂ ਤੁਹਾਨੂੰ ਕੋਈ ਇਨਾਮ ਮਿਲੇਗਾ, ਜਾਂ ਕਿਸੇ ਲਾਲਚ ਦੇ ਵਿੱਚ ਅਗਰ ਆਪਾਂ ਕੋਈ ਕੰਮ ਕਰਵਾਈਏ, ਹੈ ਨਾ, ਉਹ ਹੁੰਦੀ ਹੈ ਪੋਜ਼ਿਟਿਵ ਰੇਨਫੋਰਸਮੈਂਟ। ਨੈਗੇਟਿਵ ਰੇਨਫੋਰਸਮੈਂਟ ਜਦੋਂ ਤੁਸੀਂ ਕਿਸੇ ਡਰ ਦੇ ਨਾਲ ਕੰਮ ਕਰਵਾਉਂਦੇ ਹੋ। ਠੀਕ ਹੈ ਜੀ, ਚਲੋ ਰੇਨਫੋਰਸਮੈਂਟ ਦੇ ਨਾਲ ਕੀ ਹੁੰਦਾ, ਕੰਮ ਕਰਨ ਦੀ ਜੋ ਆਪਣੀ ਕੈਪੇਬਿਲਿਟੀ ਹੁੰਦੀ ਹੈ, ਉਹ ਜਿਹੜੀ ਕੰਮ ਕਰਨ ਦੀ ਜੋ ਸਮਰੱਥਾ ਹੁੰਦੀ ਹੈ, ਥੋੜ੍ਹੀ ਜਿਹੀ ਵੱਧ ਜਾਂਦੀ ਹੁੰਦੀ ਹੈ। ਚਲੋ, ਅਤੇ ਇੱਥੇ ਤੁਹਾਨੂੰ ਪੁੱਛਿਆ ਗਿਆ ਗਾ ਵੀ ਅਜਿਹੀ ਰੇਨਫੋਰਸਮੈਂਟ ਜਿਹਦੇ ਨਾਲ ਕੀ ਹੋਊਗਾ ਜੀ, ਆਪਣੀ ਪਰਫੋਰਮੈਂਸ ਕੀ ਹੋਜੂਗੀ, ਲੋਅ ਹੋਜੂਗੀ। ਠੀਕ ਹੈ, ਅਤੇ ਘੱਟ ਪ੍ਰਦਰਸ਼ਨ ਮਤਲਬ ਕੀ ਹੋਏਗਾ, ਅਜਿਹੀ ਕਿਹੜੀ ਰੇਨਫੋਰਸਮੈਂਟ ਹੈ। ਤਾਂ ਚਲੋ, ਇਹਦੇ ਵਿੱਚ ਜਿਵੇਂ ਫਿਰ ਸਭ ਤੋਂ ਪਹਿਲਾਂ ਗਿਆ ਤੁਹਾਡਾ ਫਿਕਸਡ ਇੰਟਰਵਲ ਸਕੈਡਿਊਲ, ਬੀ ਹੈਗਾ ਤੁਹਾਡਾ ਫਿਕਸਡ ਰੇਸ਼ੋ, ਐਂਡ ਸੀ ਤੁਹਾਡਾ ਵੇਰੀਏਬਲ ਰੇਸ਼ੋ, ਐਂਡ ਡੀ ਵੇਰੀਏਬਲ ਇੰਟਰਵਲ ਸਕੈਡਿਊਲ। ਠੀਕ ਹੈ ਜੀ, ਸਭ ਤੋਂ ਪਹਿਲੇ ਹੁਣ ਤੁਹਾਡੀ ਜੋ ਆਪਸ਼ਨ ਹੈ ਉਹ ਕੀ ਦਰਸਾ ਰਹੀ ਹੈ ਵੀ ਇੱਕ ਆਪਾਂ ਇੱਕ ਨਿਸ਼ਚਿਤ ਅੰਤਰਾਲ ਦੇ ਵਿੱਚ ਕੀ ਕਰਦੇ ਹਾਂ, ਰੇਨਫੋਰਸਮੈਂਟ ਦਿੰਦੇ ਹਾਂ। ਜਿਵੇਂ ਅੱਜ ਦੇਤੀ, ਉਸ ਤੋਂ ਬਾਅਦ ਸ਼ਾਬਾਸ਼ ਕੱਲ੍ਹ ਨੂੰ ਦੇਵਾਂਗੇ, ਉਸ ਤੋਂ ਬਾਅਦ ਫਿਰ ਪਰਸੋਂ। ਤਾਂ ਇੱਦਾਂ ਕਰਕੇ ਇੰਟਰਵਲ ਕੀ ਹੈ ਤੁਹਾਡਾ, ਫਿਕਸ ਹੈ। ਠੀਕ ਹੈ, ਇੱਕ ਸਮਾਂਤਰਾਲ ਹੈ। ਠੀਕ ਹੈ, ਉਹਦੇ ਤਹਿਤ ਹੀ ਆਪਾਂ ਰੇਨਫੋਰਸਮੈਂਟ ਪ੍ਰੋਵਾਈਡ ਕਰ ਰਹੇ ਹਾਂ। ਅਤੇ ਦੂਸਰਾ ਆ ਰਿਹਾ ਰੇਸ਼ੋ ਦੇ ਅਨੁਸਾਰ, ਰੇਸ਼ੋ ਦੇ ਵਿੱਚ ਯਾਨੀ ਕਿ ਜਿਵੇਂ 5 ਕੁਐਸਚਨਸ ਬੱਚੇ ਨੇ ਕਰਕੇ ਦਿਖਾਏ, ਉਹਨੂੰ ਸ਼ਾਬਾਸ਼ ਦੇ ਦਿੱਤੀ ਗਈ, ਫਿਰ 5 ਕੁਐਸਚਨ ਉਹਨੂੰ ਕਰਕੇ ਦਿਖਾਏ, ਉਹਨੂੰ ਸ਼ਾਬਾਸ਼ ਦੇ ਦਿੱਤੀ ਗਈ। ਤਾਂ ਇਹ ਆ ਗਿਆ ਤੁਹਾਡਾ ਰੇਸ਼ੋ ਦੇ ਵਿੱਚ ਜਦੋਂ ਚੀਜ਼ਾਂ ਫਿਕਸ ਰੇਸ਼ੋ 'ਚ ਚੱਲਣ। ਠੀਕ ਹੈ ਜੀ, ਵੇਰੀਏਬਲ ਰੇਸ਼ੋ ਸਕੈਡਿਊਲ ਮਤਲਬ ਕਿ ਵੇਰੀਏਬਲ ਹੁਣੇ ਵੇਰੀ ਕਰ ਰਹੀ ਹੈ, ਤਾਂ ਚੀਜ਼ ਕੀ ਹੈ ਤੁਹਾਡੀ, ਫਿਕਸ ਨਹੀਂ ਹੈਗੀ, ਵੇਰੀਏਬਲ ਹੈ ਜੀ। ਠੀਕ ਹੈ, ਤਾਂ ਵੇਰੀ ਕਰੂਗੀ, ਚੇਂਜੇਬਲ ਹੈ, ਚੇਂਜਸ ਹੋ ਗਏ। ਜਿਵੇਂ ਹੁਣ ਤੁਸੀਂ, ਤੁਹਾਡਾ ਮਨ ਕੀਤਾ 10 ਕੁਐਸਚਨ ਬਾਅਦ ਸ਼ਾਬਾਸ਼ ਕਹਿ ਦਿੱਤਾ, ਤੁਹਾਡਾ ਮਨ ਕੀਤਾ 2 ਕੁਐਸਚਨ ਬਾਅਦ ਹੀ ਕਹਿ ਦਿੱਤਾ, ਤਾਂ ਉਹ ਹੋ ਗਿਆ ਤੁਹਾਡਾ ਵੇਰੀਏਬਲ ਰੇਸ਼ੋ। ਠੀਕ ਹੈ, ਉਸ ਤੋਂ ਬਾਅਦ ਵੇਰੀਏਬਲ ਇੰਟਰਵਲ ਸਕੈਡਿਊਲ ਦਾ ਮਤਲਬ ਕੀ ਹੋਊਗਾ, ਇੱਥੇ ਹੁਣ ਜੋ ਸਮਾਂ ਹੋਊਗਾ ਉਹ ਤੁਹਾਡਾ ਕੀ ਹੈ ਜੀ, ਫਿਕਸ ਨਹੀਂ ਹੈਗਾ। ਠੀਕ ਹੈ, ਮਨ ਕੀਤਾ ਤਾਂ ਅੱਜ ਦੇ ਦਿੱਤੀ, 4 ਦਿਨਾਂ ਬਾਅਦ ਨਹੀਂ ਦਿੱਤਾ, ਮਨ ਕੀਤਾ ਤਾਂ 1 ਦਿਨ ਦੇ ਵਿੱਚ ਹੀ 4 ਵਾਰ ਸ਼ਾਬਾਸ਼ ਦੇ ਦਿੱਤੀ, ਤਾਂ ਉਹ ਹੋ ਗਿਆ ਤੁਹਾਡਾ ਵੇਰੀਏਬਲ ਇੰਟਰਵਲ ਸਕੈਡਿਊਲ। ਠੀਕ ਹੈ, ਤਾਂ ਫਿਰ ਕਿਹੜੀ ਚੀਜ਼ ਹੈ ਜਿਹੜੀ ਕਿ ਪਰਫੋਰਮੈਂਸ ਨੂੰ ਕੀ ਕਰੂਗੀ, ਲੋਪ ਕਰੂਗੀ, ਅਜਿਹਾ ਕਿਹੜਾ ਸਕੈਡਿਊਲ ਹੈ। ਤਾਂ ਇਹਦਾ ਤੁਹਾਡਾ ਸਹੀ ਉੱਤਰ ਹੈਗਾ ਜੀ ਆਪਸ਼ਨ ਨੰਬਰ ਏ, ਫਿਕਸਡ ਇੰਟਰਵਲ ਸਕੈਡਿਊਲ। ਠੀਕ ਹੈ ਜੀ, ਇਹਨੂੰ ਧਿਆਨ ਦੇ ਵਿੱਚ ਰੱਖਣਾ, ਇਹ ਵਾਲਾ ਆਊਗਾ ਤੁਹਾਡਾ ਫਸਟ ਆਪਸ਼ਨ, ਇਸਦਾ ਤੁਹਾਡਾ ਰਾਈਟ ਆਨਸਰ ਹੋਊਗਾ। ਇਸ ਤੋਂ ਬਾਅਦ ਚੱਲਦੇ ਆਪਾਂ ਨੈਕਸਟ ਕੁਐਸਚਨ ਦੇ ਵੱਲ, ਅਤੇ ਅਗਲਾ ਕੁਐਸਚਨ ਹੈਗਾ ਜੀ ਤੁਹਾਡਾ ਦ ਫੈਨੋਮਨ ਆਫ ਡਿਫਰੈਂਸ਼ੀਅਲ ਇਨਹਿਬਿਸ਼ਨ ਇਜ਼ ਐਸੋਸੀਏਟਡ ਵਿਦ। ਡਿਫਰੈਂਸ਼ੀਅਲ ਇਨਹਿਬਿਵਸ ਦੀ ਘਟਨਾ ਇਸ ਨਾਲ ਕਿਸ ਨਾਲ ਜੁੜੀ ਹੋਈ ਹੈ, ਕਿ ਸਪੋਂਟੇਨੀਅਸ ਰਿਕਵਰੀ ਹੈ ਇਹ, ਯਾਨੀ ਕਿ ਸਵੈ ਚਾਲਿਤ ਰਿਕਵਰੀ, ਐਕਸਪੈਰੀਮੈਂਟਲ ਐਗਜ਼ਿਸ਼ਨ, ਠੀਕ ਹੈ ਜੀ, ਪ੍ਰੋਗਿਆਤਮਕ ਵਿਨਾਸ਼, ਜਾਂ ਫਿਰ ਤੁਹਾਡਾ ਡਿਸਕ੍ਰੀਮੀਨੇਸ਼ਨ ਲਰਨਿੰਗ, ਵਿਤਕਰੇ ਦੀ ਸਿੱਖਿਆ, ਜਾਂ ਫਿਰ ਨਨ ਆਫ ਦੀ ਅਵਬ। ਤਾਂ ਇਹਨਾਂ ਵਿੱਚੋਂ ਤੁਹਾਡੇ ਤੋਂ ਪੁੱਛਿਆ ਗਿਆ ਜੀ ਕਿਹੜਾ ਹੈਗਾ ਤੁਹਾਡਾ ਡਿਫਰੈਂਸ਼ੀਅਲ ਇਨਹਿਬਿਸ ਦੀ ਘਟਨਾ। ਠੀਕ ਹੈ, ਤਾਂ ਫਿਰ ਇਹਦਾ ਤੁਹਾਡਾ ਸਹੀ ਉੱਤਰ ਆਏਗਾ ਆਪਸ਼ਨ ਨੰਬਰ ਸੀ, ਡਿਸਕ੍ਰੀਮੀਨੇਸ਼ਨ ਲਰਨਿੰਗ, ਵਿਤਕਰੇ ਦੀ ਸਿੱਖਿਆ। ਠੀਕ ਹੈ, ਤਾਂ ਫਿਰ ਇਹ ਆਏਗਾ ਤੁਹਾਡਾ ਇਸਦਾ ਸਹੀ ਉੱਤਰ। ਇਸ ਤੋਂ ਬਾਅਦ ਆ ਗਿਆ ਜੀ ਅਗਲਾ ਕੁਐਸਚਨ, ਸਰਵਾਈਵਲ ਨੀਡਸ ਮੋਟੀਵੇਟ ਦਾ ਔਰਗੈਨਿਜ਼ਮ ਟੂ। ਸਰਵਾਈਵਲ ਲੋੜਾਂ ਨੇ ਜੋ ਉਹ ਜੀਵਾਣੂ ਨੂੰ ਇਸ ਲਈ ਪ੍ਰੇਰਿਤ ਕਰਦੀਆਂ ਨੇ, ਨੰਬਰ ਏ ਆਪਸ਼ਨ ਤੁਹਾਡੀ, ਅਵੋਇਡ ਅ ਪੇਨਫੁਲ ਐਕਸਪੀਰੀਅੰਸ, ਦਰਦਨਾਕ ਅਨੁਭਵਾਂ ਤੋਂ ਬਚਾਉਣ ਦੇ ਲਈ,
ਜਾਂ ਫਿਰ ਬੀ ਆਪਸ਼ਨ ਪ੍ਰੋਵਾਈਡ ਫੋਰ ਸਾਈਕੋਲੋਜੀਕਲ ਨੀਡਸ, ਸਰੀਰਕ ਲੋੜਾਂ ਦੀ ਲਈ ਪ੍ਰਦਾਨ ਕਰਨਾ, ਜਾਂ ਫਿਰ ਤੁਹਾਡਾ ਸੀ ਗੇਨ ਹਾਇਰ ਸਟੇਟਸ ਐਂਡ ਰਿਕਗਨੀਸ਼ਨ, ਜਾਂ ਫਿਰ ਡੀ ਸਿੱਖ ਪਲੈਜ਼ਰ। ਠੀਕ ਹੈ, ਹੁਣ ਸਰਵਾਈਵਲ ਨੀਡਸ ਨੇ ਜੀ। ਸਰਵਾਈਵਲ ਨੀਡਸ ਯਾਨੀ ਕਿ ਆਪਣੀਆਂ ਉਹ ਲੋੜਾਂ ਜਿਨ੍ਹਾਂ ਦੇ ਬਲਬੂਤੇ 'ਤੇ ਆਪਾਂ ਕੀ ਰਵਾਂਗੇ, ਜ਼ਿੰਦਾ ਰਵਾਂਗੇ, ਸਰਵਾਈਵ ਕਰ ਸਕਦੇ ਹਾਂ। ਤਾਂ ਉਹ ਵਾਲੀਆਂ ਲੋੜਾਂ ਨੇ ਤੁਹਾਨੂੰ, ਠੀਕ ਹੈ ਜੀ, ਉਹ ਜਿਹੜੇ ਹੈਗੇ ਕਿਸ ਚੀਜ਼ ਦੇ ਲਈ ਮੋਟੀਵੇਟ ਕਰਨਗੀਆਂ, ਤਾਂ ਉਹ ਮੋਟੀਵੇਟ ਕਰਨਗੀਆਂ ਸਾਈਕੋਲੋਜੀਕਲ ਨੀਡ, ਕਿਉਂਕਿ ਬੰਦੇ ਦੀ ਸਭ ਤੋਂ ਪਹਿਲੀ ਲੋੜ ਹੁੰਦੀ ਹੈ ਸਾਈਕੋਲੋਜੀਕਲ ਨੀਡ ਆਪਣੀ। ਠੀਕ ਹੈ, ਭੁੱਖ ਹੋ ਗਈ, ਪਿਆਸ ਹੋ ਗਈ, ਸੋ ਇਹ ਸਾਰੀਆਂ ਚੀਜ਼ਾਂ ਨੇ ਆਪਣੇ ਇਹਨਾਂ ਦੀ ਪੂਰਤੀ ਦੇ ਲਈ। ਠੀਕ ਹੈ, ਆਪਾਂ ਨੂੰ ਖਾਣਾ ਹੋ ਗਿਆ, ਸਾਫ਼ ਹਵਾ ਹੋ ਗਈ, ਤਾਂ ਪਾਣੀ ਹੋ ਗਿਆ, ਤਾਂ ਇਹ ਆਪਣੀਆਂ ਸਰਵਾਈਵਲ ਨੀਡਸ ਨੇ। ਤਾਂ ਤੁਹਾਡੀਆਂ ਸਾਈਕੋਲੋਜੀਕਲ ਨੀਡਸ ਕੀ ਹੋ ਗਈਆਂ, ਆਪਣੀਆਂ ਬੇਸਿਕ ਨੀਡਸ, ਇਹਦੇ ਵਿੱਚ ਆ ਜਾਣਗੀਆਂ। ਤਾਂ ਆਪਸ਼ਨ ਨੰਬਰ ਬੀ ਆ ਗਿਆ ਜੀ ਤੁਹਾਡਾ ਇਸਦਾ ਕਰੈਕਟ ਆਨਸਰ। ਠੀਕ ਹੈ ਜੀ, ਇਸ ਤੋਂ ਬਾਅਦ ਆ ਗਿਆ ਆਪਣਾ ਨੈਕਸਟ ਕੁਐਸਚਨ। ਅਗਲਾ ਕੁਐਸਚਨ ਹੈਗਾ, ਦ ਵਨ ਮੇਜਰ ਪਰਪਸ ਆਫ ਐਡਮਿਨਿਸਟ੍ਰੇਟਿੰਗ ਐਨ ਆਈ ਕਿਊ ਟੈਸਟ ਸਕੂਲ ਗੋਇੰਗ ਚਿਲਡਰਨ ਇਜ਼। ਸਕੂਲ ਜਾਣ ਵਾਲੇ ਬੱਚਿਆਂ ਨੂੰ ਆਈ ਕਿਊ ਟੈਸਟ ਦੇਣ ਦਾ ਇੱਕ ਮੁੱਖ ਉਦੇਸ਼ ਕੀ ਹੁੰਦਾ ਜੀ? ਆਪਸ਼ਨਸ ਨੇ ਆਪਣੀਆਂ, ਟੂ ਹੈਲਪ ਅ ਚਾਈਲਡ ਕੀਪ ਹਿਸ ਲੈਵਲ ਆਫ ਇੰਸਪੀਰੇਸ਼ਨ ਇਨ ਲਾਈਨ ਵਿਦ ਰਿਐਲਿਟੀ। ਇੱਕ ਬੱਚੇ ਦੀ ਉਸਦੀ ਇੱਛਾ ਦੇ ਪੱਧਰ ਨੂੰ ਅਸਲੀਅਤ ਦੇ ਅਨੁਸਾਰ ਰੱਖਣ ਵਿੱਚ ਮਦਦ ਕਰਨਾ, ਜਾਂ ਫਿਰ ਬੀ ਟੂ ਕੀਪ ਅ ਰਿਕਾਰਡ ਇਨ ਕੇਸ ਦਾ ਚਾਈਲਡ ਸ਼ੁੱਡ ਨੀਡ ਗਾਈਡੈਂਸ। ਜੇਕਰ ਕਹਿੰਦੇ ਕਿਸੇ ਬੱਚੇ ਨੂੰ ਜੋ ਹੈ ਮਾਰਗ ਦਰਸ਼ਨ ਦੇਣਾ, ਤਾਂ ਉਸਦੇ ਲਈ ਆਪਾਂ ਨੂੰ ਜੋ ਹੈ ਰਿਕਾਰਡ ਕੋਲ ਹੋਣਾ ਚਾਹੀਦਾ। ਠੀਕ ਹੈ, ਜਾਂ ਫਿਰ ਤੁਹਾਡਾ ਸੀ ਹੈਗਾ ਆਪਸ਼ਨ ਜੀ, ਟੂ ਹੈਲਪ ਦਾ ਟੀਚਰ ਇਨ ਮੇਕਿੰਗ ਮੋਰ ਰਿਅਲਿਸਟਿਕ ਡਿਮਾਂਡਸ ਅਪੋਨ ਦਾ ਚਿਲਡਰਨ। ਬੱਚੇ ਤੋਂ ਹੋਰ ਯਥਾਰਥਵਾਦੀ ਮੰਗਾਂ ਕਰਨ ਵਿੱਚ ਅਧਿਆਪਕ ਦੀ ਮਦਦ ਕਰਨਾ, ਜਾਂ ਫਿਰ ਡੀ ਟੂ ਮੇਕ ਦਾ ਪੇਰੈਂਟਸ ਅਵੇਅਰ ਆਫ ਦੇਅਰ ਚਿਲਡਰਨਸ ਲਿਮਿਟੇਸ਼ਨਸ। ਮਾਪਿਆਂ ਨੂੰ ਆਪਣੇ ਬੱਚੇ ਦੀਆਂ ਸੀਮਾਵਾਂ ਤੋਂ ਜਾਣੂ ਕਰਵਾਉਣਾ। ਠੀਕ ਹੈ, ਤਾਂ ਸੋ ਇੱਥੇ ਜੋ ਆਈ ਕਿਊ ਟੈਸਟ ਰੱਖੇ ਜਾਂਦੇ ਨੇ ਜੀ, ਉਹਦਾ ਪਰਪਸ ਕੀ ਹੁੰਦਾ ਹੈਗਾ, ਕਿਸ ਉਦੇਸ਼ ਦੇ ਲਈ ਜਿਹੜੇ ਹੈਗੇ ਸਕੂਲਸ ਦੇ ਵਿੱਚ ਟੈਸਟ ਰੱਖੇ ਜਾਂਦੇ ਨੇ, ਇਹ ਹੈਲਪ ਕਰਦੇ ਨੇ ਜੀ ਟੀਚਰ ਦੀ। ਠੀਕ ਹੈ, ਟੂ ਹੈਲਪ ਦਾ ਟੀਚਰ ਇਨ ਮੇਕਿੰਗ ਮੋਰ ਰਿਅਲਿਸਟਿਕ ਡਿਮਾਂਡਸ ਅਪੋਨ ਦਾ ਚਿਲਡਰਨ। ਬੱਚੇ ਤੋਂ ਜੋ ਹੈਗੇ ਨੇ ਹੋਰ ਜੋ ਯਥਾਰਥਵਾਦੀ ਮੰਗਾਂ ਕਰਨ ਦੇ ਵਿੱਚ ਜੋ ਹੈ ਅਧਿਆਪਕ ਦੀ ਕੀ ਕਰਦਾ ਜੀ, ਮਦਦ ਕਰਦੇ, ਤਾਂ ਕਿ ਇੱਥੇ ਅਧਿਆਪਕ ਨੂੰ ਵੀ ਕੀ ਰਹਿੰਦਾ, ਪਤਾ ਲੱਗਦਾ ਰਹਿੰਦਾ, ਤਾਂ ਕਿ ਵੀ ਬੱਚੇ ਦੀਆਂ ਜੋ ਨੀਡਸ ਨੇ ਉਹ ਕੀ ਹੈ। ਤਾਂ ਫਿਰ ਅਧਿਆਪਕ ਦੀ ਇੱਥੇ ਜਿਹੜੇ ਹੈਗੇ ਇਹਨਾਂ ਟੈਸਟਸ ਦੇ ਮਾਧਿਅਮ ਦੇ ਨਾਲ ਜੋ ਹੋਏਗੀ, ਟੀਚਰ ਦੀ ਜੋ ਕਿ ਉਸਨੂੰ ਇੱਕ ਮਦਦ ਮਿਲਦੀ ਹੈ ਕਿ ਉਹਨਾਂ ਨੂੰ ਪਤਾ ਚੱਲਦਾ ਵੀ ਬੱਚੇ ਦਾ ਲੈਵਲ ਕੀ ਹੈ। ਸੋ ਬੱਚੇ ਦੇ ਲੈਵਲ ਨੂੰ ਸਮਝ ਕੇ ਉੱਥੇ ਜੋ ਹੈ ਟੀਚਰ ਬੱਚੇ ਨੂੰ ਜਿਹੜਾ ਕਿ ਇਹ ਨੈਕਸਟ ਗਾਈਡ ਕਰੇਗਾ। ਹੁਣ ਅਗਰ ਆਪਾਂ ਕੋਈ ਟੈਸਟ ਲਿੱਤਾ, ਆਪਾਂ ਨੂੰ ਪਤਾ ਚੱਲਿਆ ਵੀ ਬੱਚੇ ਦੇ ਜੋ ਪ੍ਰੀਵੀਅਸ ਨੌਲੇਜ ਹੀ ਹੈ ਉਹ ਬਹੁਤ ਜ਼ਿਆਦਾ ਕੀ ਹੋ ਗਈ, ਡਾਊਨ ਹੈ, ਤਾਂ ਉਹ ਵਾਲੇ ਟੈਸਟ ਨੂੰ ਆਪਾਂ ਤੁਹਾਡਾ ਡਾਇਗਨੋਸਟਿਕ ਟੈਸਟ ਕਹਾਂਗੇ। ਠੀਕ ਹੈ ਜੀ, ਤਾਂ ਫਿਰ ਹੁਣ ਜਦੋਂ ਤੁਹਾਨੂੰ ਪਤਾ ਚੱਲ ਗਿਆ ਬੱਚੇ ਦੀ ਪ੍ਰੀਵੀਅਸ ਨੌਲੇਜ ਵੀਕ ਹੈ, ਲਰਨਿੰਗ ਗੈਪ ਹੈ, ਤਾਂ ਫਿਰ ਉਹ ਲਰਨਿੰਗ ਜਿਹੜਾ ਗੈਪ ਹੈਗਾ ਜੀ ਉਹਨੂੰ ਭਰਨ ਦੇ ਲਈ ਆਪਾਂ ਬੱਚੇ ਨੂੰ ਦੇਵਾਂਗੇ ਰੈਮੇਡੀਅਲ ਟੀਚਿੰਗ। ਠੀਕ ਹੈ, ਤਾਂ ਫਿਰ ਉੱਥੇ ਤੁਹਾਡਾ ਕੀ ਹੈਗਾ, ਤਾਂ ਫਿਰ ਇਹ ਟੈਸਟਾਂ ਦਾ ਮਕਸਦ ਕੀ ਹੁੰਦਾ ਹੈਗਾ, ਇੱਕ ਤਾਂ ਟੀਚਰ ਨੂੰ ਜਾਣੂ, ਟੀਚਰ ਜਾਣੂ ਹੋ ਜਾਂਦਾ, ਬੱਚੇ ਦੀ ਪਰਫੋਰਮੈਂਸ ਦਾ ਪਤਾ ਲੱਗ ਜਾਂਦਾ ਵੀ ਬੱਚੇ ਦੀ ਜਿਹੜੀ ਹੈਗੀ ਕੋਗਨੀਟਿਵ ਡਿਵੈਲਪਮੈਂਟ ਕਿੰਨੀ ਕੀ ਹੋ ਚੁੱਕੀ ਹੈ, ਜਾਂ ਬੱਚੇ ਨੂੰ ਬੱਚੇ ਦੀ ਜੋ ਪ੍ਰੀਵੀਅਸ ਨੌਲੇਜ ਹੈ ਜੀ ਉਹ ਕਿੰਨੀ ਕੀ ਜੋ ਉਸਨੂੰ ਹੈਗੀ ਹੈ, ਤਾਂ ਇਸ ਚੀਜ਼ ਦਾ ਜਿਹੜਾ ਹੈਗਾ ਟੀਚਰ ਨੂੰ ਆਈਡੀਆ ਲੱਗ ਜਾਂਦਾ। ਤਾਂ ਇਹਦਾ ਆ ਜਾਊਗਾ ਤੁਹਾਡਾ ਆਪਸ਼ਨ ਨੰਬਰ ਸੀ ਇੱਥੇ ਬਿਲਕੁਲ ਸਹੀ। ਇਸ ਤੋਂ ਬਾਅਦ ਆ ਗਿਆ ਜੀ ਤੁਹਾਡਾ ਨੈਕਸਟ ਕੁਐਸਚਨ। ਟੂ ਬੋਇਸ ਹੈਵ ਐਨ ਆਈ ਕਿਊ ਆਫ 120, ਇਟ ਕੈਨ ਬੀ ਕੰਕਲੂਡਡ ਦੈਟ। ਦੋ ਬੱਚੇ ਨੇ ਜਿਨ੍ਹਾਂ ਦਾ ਆਈ ਕਿਊ ਬਿਲਕੁਲ ਸੇਮ ਹੈ ਜੀ, 120 120। ਠੀਕ ਹੈ, ਤਾਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ। ਹੁਣ ਦੋ ਬੱਚੇ ਨੇ ਜਿਨ੍ਹਾਂ ਦਾ ਆਈ ਕਿਊ ਕੀ ਹੈ, ਬਿਲਕੁਲ ਸੇਮ ਹੈ। ਠੀਕ ਹੈ,
ਤਾਂ ਫਿਰ ਹੁਣ ਇਹ ਕਿਸ ਚੀਜ਼ ਦਾ ਸਿੱਟ ਹੈ? ਪਹਿਲੀ ਆਪਸ਼ਨ ਤੁਹਾਨੂੰ ਕਹਿ ਰਹੀ ਹੈ ਦਾ ਬੋਇਜ਼ ਆਰ ਇਕੁਅਲ ਇਨ ਦੇਅਰ ਮੈਂਟਲ ਏਜ, ਬੱਚਿਆਂ ਦੀ ਜਿਹੜੀ ਹੈਗੀ ਹੈ ਮੈਂਟਲ ਏਜ ਉਹ ਬਿਲਕੁਲ ਸੇਮ ਹੈ, ਠੀਕ ਹੈ। ਬੀ ਆਪਸ਼ਨ ਕਹਿ ਰਹੀ ਹੈ ਪੇਰੈਂਟਸ ਆਫ ਬੋਥ ਬੋਇਜ਼ ਆਰ ਅਬਵ ਐਵਰੇਜ ਇੰਟੈਲੀਜੈਂਸ, ਦੋਵਾਂ ਲੜਕਿਆਂ ਦੇ ਮਾਤਾ ਪਿਤਾ ਔਸਤ ਤੋਂ ਵੱਧ ਬੁੱਧੀ ਵਾਲੇ ਹਨ। ਯਾ ਸੀ ਬੋਥ ਬੋਇਜ਼ ਵੁੱਡ ਬੀ ਸਕਸੈਸਫੁਲ ਇਨ ਅਕੈਡਮਿਕ ਪਰਫੋਰਮੈਂਸ, ਦੋਨੇ ਲੜਕੇ ਅਕਾਦਮਿਕ ਪ੍ਰਦਰਸ਼ਨ ਵਿੱਚ ਸਫਲ ਹੋਣਗੇ। ਯਾ ਡੀ None of the above is necessarily true. ਹੁਣ ਉੱਪਰ ਦਿੱਤੇ ਹੋਏ ਜਿੰਨੇ ਵੀ ਤੁਹਾਡੇ ਪੁਆਇੰਟਸ ਨੇ, ਕਹਿੰਦੇ ਜ਼ਰੂਰੀ ਨਹੀਂ ਹੈਗਾ ਜੀ ਇਹ ਸਹੀ ਹੋਣਗੇ ਜਾਂ ਸੱਚ ਨੇ, ਠੀਕ ਹੈ। ਤਾਂ ਹੁਣ ਦੋ ਬੱਚੇ ਨੇ, ਉਹਨਾਂ ਦਾ ਆਈ ਕਿਊ ਜਿਹੜਾ ਹੈਗਾ ਬਿਲਕੁਲ ਸੇਮ ਹੈ, ਅਤੇ ਹੁਣ ਇਹਦਾ ਜ਼ਰੂਰੀ ਥੋੜ੍ਹੀ ਨਾ ਵੀ ਦੋਨਾਂ ਦੀ ਮੈਂਟਲ ਏਜ ਸੇਮ ਹੋਵੇ, ਠੀਕ ਹੈ। ਫਿਰ ਇਹ ਵੀ ਕੋਈ ਤੁਹਾਡਾ ਖਾਸ ਜ਼ਰੂਰੀ ਨਹੀਂ ਹੈਗਾ, ਜਾਂ ਫਿਰ ਇਹ ਵੀ ਜ਼ਰੂਰੀ ਨਹੀਂ ਹੈਗਾ ਵੀ ਉਸਦੇ ਜੋ ਪੇਰੈਂਟਸ ਹੋਣਗੇ ਉਹ ਔਸਤ ਬੁੱਧੀ ਤੋਂ ਜ਼ਿਆਦਾ ਵਾਲੇ ਹੋਣਗੇ, ਜਾਂ ਫਿਰ ਇਹ ਵੀ ਜ਼ਰੂਰੀ ਨਹੀਂ ਹੈਗਾ ਵੀ ਹੁਣ ਉਹ ਬੱਚੇ ਜਿਹੜੇ ਹੈਗੇ ਅਗਰ ਉਹਨਾਂ ਦਾ IQ ਤੇਜ਼ ਹੈ ਜੀ ਤਾਂ ਉਹ ਅਕੈਡਮਿਕ ਪਰਫੋਰਮੈਂਸ ਦੇ ਵਿੱਚ ਸਕਸੈਸਫੁਲ ਹੀ ਰਹਿਣਗੇ। ਤਾਂ ਇਹਨਾਂ 'ਚੋਂ ਕੋਈ ਵੀ ਚੀਜ਼ ਜਿਹੜੀ ਕੀ ਹੈ ਤੁਹਾਡੀ ਆਪਾਂ ਕਹਿ ਦਈਏ ਵੀ ਟਰੂ ਨਹੀਂ ਹੈਗੀ, ਜਾਂ ਆਪਾਂ 100% ਟਰੂ ਨਹੀਂ ਕਹਿ ਸਕਦੇ ਵੀ ਸਿਰਫ ਹਾਂ ਵੀ ਇਹੀ ਨਿਸ਼ਚਿਤ ਇਸਦਾ ਇਹੀ ਉੱਤਰ ਹੋਏਗਾ, ਤਾਂ ਉਹ ਚੀਜ਼ ਇਹਦੇ ਵਿੱਚ ਕਿਸੇ ਵੀ ਆਪਸ਼ਨ ਦੇ ਵਿੱਚ ਨਹੀਂ ਹੈ। ਤਾਂ ਇੱਥੇ ਆਪਾਂ ਕਹਾਂਗੇ ਤੁਹਾਡਾ ਡੀ ਆਪਸ਼ਨ ਬਿਲਕੁਲ ਸਹੀ ਹੈ। ਇਹਨਾਂ 'ਚੋਂ ਕੋਈ ਵੀ ਸਟੇਟਮੈਂਟ ਜਿਹੜੀ ਉੱਪਰ ਦਿੱਤੀ ਗਈ ਹੈ ਆਪਾਂ ਕਹਿ ਨਹੀਂ ਸਕਦੇ ਵੀ ਪੱਕੇ ਤੌਰ 'ਤੇ ਉਹ ਬਿਲਕੁਲ ਸਹੀ ਹੈ, ਠੀਕ ਹੈ। ਤਾਂ ਫਿਰ ਇੱਥੇ ਆ ਜਾਊਗਾ ਤੁਹਾਡਾ ਡੀ ਆਪਸ਼ਨ। ਬਾਕੀ IQ ਦਾ ਤੁਹਾਡਾ ਫਾਰਮੂਲਾ ਹੁੰਦਾ ਜੀ, ਠੀਕ ਹੈ, ਜਿਹਦੇ ਵਿੱਚ ਆਪਾਂ ਨੂੰ ਕ੍ਰੋਨੋਲੋਜੀਕਲ ਏਜ ਚਾਹੀਦੀ ਹੁੰਦੀ ਹੈ, ਯਾਨੀ ਕਿ ਬੱਚੇ ਦੀ ਵਾਸਤਵਿਕ ਉਮਰ ਕਿੰਨੀ ਹੈ, ਬੱਚੇ ਦੀ ਮੈਂਟਲ ਏਜ ਕਿੰਨੀ ਹੈ, ਤਾਂ ਉਸਨੂੰ ਗੁਣਾ ਕੀਤਾ ਜਾਂਦਾ 100 ਦੇ ਨਾਲ, ਤਾਂ ਉੱਥੋਂ ਆਪਾਂ ਨੂੰ ਪਤਾ ਚੱਲਦਾ IQ ਲੈਵਲ ਦਾ, ਠੀਕ ਹੈ ਜੀ। ਚਲੋ ਤਾਂ ਫਿਰ ਇਹਦਾ ਅਜੂਗਾ ਤੁਹਾਡਾ ਡੀ ਉੱਤਰ ਬਿਲਕੁਲ ਸਹੀ। ਇਸੇ ਬਾਅਦ ਆ ਗਿਆ, ਇਸੇ ਬਾਅਦ ਨੈਕਸਟ ਕੁਐਸਚਨ। ਬ੍ਰੇਨ ਸਟੋਰਮਿੰਗ ਟੈਕਨੀਕ ਇਜ਼ ਇਸੈਂਸ਼ਲੀ ਯੂਜ਼ ਫੋਰ, ਹੁਣ ਜੋ ਬ੍ਰੇਨ ਸਟੋਰਮਿੰਗ ਟੈਕਨੀਕ ਹੈ ਇਹ ਕਾਹਦੇ ਲਈ ਵਰਤੀ ਜਾਂਦੀ ਹੈ, ਇਹ ਪੁੱਛਿਆ ਗਿਆ ਜੀ, ਠੀਕ ਹੈ। ਪਹਿਲੀ ਆਪਸ਼ਨ ਕਹਿ ਰਹੀ ਹੈ ਡਿਵੈਲਪਿੰਗ ਜਨਰਲ ਮੈਂਟਲ ਐਬਿਲਿਟੀ, ਆਮ ਮਾਨਸਿਕ ਯੋਗਤਾ ਦਾ ਵਿਕਾਸ, ਜਾਂ ਫਿਰ ਬੱਚੇ ਦੀ ਜੋ ਕਨਵਰਜੈਂਟ ਥਿੰਕਿੰਗ ਹੈ ਜੀ ਉਸਨੂੰ ਉਤਸ਼ਾਹਿਤ ਕਰਨ ਦੇ ਲਈ, ਜਾਂ ਫਿਰ ਬੱਚੇ ਦਾ ਗਤੀਵਿਧੀਆਂ ਦੇ ਵਿੱਚ ਦਿਲਚਸਪੀ ਪੈਦਾ ਕਰਨ ਦੇ ਲਈ, ਜਾਂ ਫਿਰ ਸਟਿਮੂਲੇਟਿੰਗ ਕ੍ਰੀਏਟਿਵਿਟੀ ਭਾਵ ਕਿ ਰਚਨਾਤਮਕਤਾ ਦੀ ਨੂੰ ਉਤੇਜਿਤ ਕਰਨ ਦੇ ਲਈ। ਤਾਂ ਬ੍ਰੇਨ ਸਟੋਰਮਿੰਗ ਯਾਨੀ ਕਿ ਜਿਹਨੂੰ ਆਪਾਂ ਕਹਿੰਦੇ ਹਾਂ ਦਿਮਾਗ ਦੇ ਘੋੜੇ ਭਜਾਉਣਾ, ਠੀਕ ਹੈ। ਤਾਂ ਫਿਰ ਉਹਦਾ ਪਰਪਸ ਕੀ ਹੁੰਦਾ ਹੈਗਾ, ਉਹ ਕਿਉਂ, ਮਤਲਬ ਕਿ ਇਹ ਟੈਕਨੀਕ ਕਿਉਂ ਵਰਤੀ ਜਾਂਦੀ ਹੈ? ਤਾਂ ਕਿ ਬੱਚੇ ਦੀ ਜੋ ਰਚਨਾਤਮਕਤਾ ਹੈਗੀ ਹੈ, ਬੱਚੇ ਦੀ ਜੋ ਬੁੱਧੀ ਹੈ, ਜੋ ਉਸਦੀ ਰਚਨਾਤਮਕਤਾ ਹੈ ਜੀ, ਕ੍ਰੀਏਟਿਵਿਟੀ ਹੈ, ਉਸਨੂੰ ਉਤਸ਼ਾਹਿਤ ਕੀਤਾ ਜਾ ਸਕੇ, ਠੀਕ ਹੈ। ਤਾਂ ਫਿਰ ਇਸਦਾ ਸਹੀ ਉੱਤਰ ਆਏਗਾ ਤੁਹਾਡਾ ਆਪਸ਼ਨ ਨੰਬਰ ਡੀ, ਬੱਚੇ ਦੀ ਰਚਨਾਤਮਕਤਾ ਨੂੰ ਜਿਹੜਾ ਕੀ ਹੈ ਵਧਾਵਾ ਦੇਣ ਦੇ ਲਈ, ਉਤਸ਼ਾਹਿਤ ਕਰਨ ਦੇ ਲਈ ਜਿਹੜੇ ਕੀ ਹੈ ਇਸ ਤਰੀਕੇ ਦੀਆਂ ਟੈਕਨੀਕਸ ਵਰਤੀਆਂ ਜਾਂਦੀਆਂ, ਤਾਂ ਕਿ ਬੱਚਾ ਆਪਣੇ ਦਿਮਾਗ ਦਾ ਪ੍ਰਯੋਗ ਕਰਕੇ ਸਮੱਸਿਆ ਦਾ ਹੱਲ ਕੱਢ ਸਕੇ, ਠੀਕ ਹੈ ਜੀ। ਆਪਸ਼ਨ ਨੰਬਰ ਡੀ ਆਏਗਾ ਤੁਹਾਡਾ ਇਸਦਾ ਬਿਲਕੁਲ ਸਹੀ। ਇਸੇ ਬਾਅਦ ਆ ਗਿਆ ਨੈਕਸਟ ਕੁਐਸਚਨ। ਜੀਨ ਪਿਆਜੇ ਪੁਆਇੰਟਿੰਗਲੀ ਕੋਡ ਹਿਸ ਅਪਰੋਚ ਟੂ ਚਾਇਲਡ ਡਿਵੈਲਪਮੈਂਟਲ ਐਸ, ਜੀਨ ਪਿਆਜੇ ਦੀ ਜੋ ਹੈ ਬਾਲ ਵਿਕਾਸ ਵਿੱਚ ਆਪਣੀ ਪਹੁੰਚ ਨੂੰ ਸਪਸ਼ਟ ਤੌਰ 'ਤੇ ਕਿਹਾ। ਚਲੋ ਜੀਨ ਪਿਆਜੇ ਦੇ ਅਨੁਸਾਰ ਜੋ ਕਿ ਬਾਲ ਵਿਕਾਸ ਕੀ ਹੈ ਜੀ, ਇਹ ਪੁੱਛਿਆ ਗਿਆ। ਫਸਟ ਆ ਗਿਆ ਤੁਹਾਡਾ ਇਵੋਲਿਊਸ਼ਨਰੀ ਵਿਕਾਸਵਾਦੀ ਹੈ ਜੀ, ਜਾਂ ਫਿਰ ਤੁਹਾਡਾ ਸਾਈਕੋਡਾਇਨਾਮਿਕ ਹੈ, ਜਾਂ ਫਿਰ ਜੈਨੇਟਿਕ ਐਪਿਸਟੋਮੋਲੋਜੀ ਹੈ, ਜਾਂ ਫਿਰ ਬਾਇਓਲੋਜੀਕਲ ਹੈ। ਤਾਂ ਫਿਰ ਜੀਨ ਪਿਆਜੇ ਦੀ ਇਹ ਇੱਕ ਧਾਰਨਾ ਵੀ ਹੈ, ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਠੀਕ ਹੈ। ਇਹਨਾਂ ਦਾ ਹੀ ਕੋਨਸੈਪਟ ਹੈ ਇਹ ਜੈਨੇਟਿਕ ਐਪਿਸਟੋਮੋਲੋਜੀ, ਠੀਕ ਹੈ ਜੀ। ਇਹ ਇਹਨਾਂ ਦਾ ਜਿਹੜਾ ਹੈਗਾ ਗਾ ਇਹ ਇਹਨਾਂ ਦੀ ਧਾਰਨਾ ਹੈਗੀ ਚਾਇਲਡ ਡਿਵੈਲਪਮੈਂਟ ਨੂੰ ਲੈ ਕੇ, ਠੀਕ ਹੈ। ਸੋ ਕੋਗਨੇਟਿਵ ਡਿਵੈਲਪਮੈਂਟ ਦੇ ਜੋ ਤੁਹਾਡੇ ਫਾਦਰ ਨੇ ਜੀਨ ਪਿਆਜੇ, ਉਹਨਾਂ ਦੀ ਇਹ ਧਾਰਨਾ ਗੀ ਚਾਇਲਡ ਡਿਵੈਲਪਮੈਂਟ ਨੂੰ ਲੈ ਕੇ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ। ਇਸੇ ਬਾਅਦ ਆ ਗਿਆ ਜੀ ਆਪਣਾ ਨੈਕਸਟ ਕੁਐਸਚਨ। ਵਿਚ ਆਫ ਦਾ ਫੋਲੋਇੰਗ ਹਾਂਜੀ ਕੁਐਸਚਨ ਹੈਗਾ ਆਪਣਾ, ਵਿਚ ਆਫ ਦਾ ਫੋਲੋਇੰਗ
ਅਬਜੈਕਟਿਵਸ ਬੈਸਟ ਡਿਸਕ੍ਰਾਈਬ ਗੁੱਡ ਡਿਸਿਪਲਿਨ। ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਜਿਹੜੀ ਹੈਗੀ ਹੈ ਵਿਸ਼ੇਸ਼ਤਾ ਨੇਗੀਆਂ, ਵਿਸ਼ੇਸ਼ਣਾਂ ਵਿੱਚੋਂ ਕਿਹੜਾ ਵਿਸ਼ੇਸ਼ਣ ਚੰਗੇ ਅਨੁਸ਼ਾਸਨ ਦਾ ਸਭ ਤੋਂ ਵਧੀਆ ਵਰਣਨ ਕਰਦਾ? ਡਿਸਿਪਲਿਨ, ਠੀਕ ਹੈ ਜੀ। ਤਾਂ ਚੰਗੇ ਅਨੁਸ਼ਾਸਨ ਦਾ ਕਿਹੜੀ ਚੀਜ਼ ਹੈਗੀ ਹੈ ਜਿਹੜੀ ਕਿ ਤੁਹਾਡੀ ਉਸਦੀ ਬੈਸਟ ਉਦਾਹਰਣ ਹੈ, ਇਹ ਚੀਜ਼ ਦੱਸਣਾ ਆਪਾਂ ਨੇ। ਆਪਸ਼ਨ ਹੈਗੇ ਤੁਹਾਡੇ ਕੰਸਿਸਟੈਂਟ, ਯਾਨੀ ਕਿ ਚੀਜ਼ਾਂ ਇਕਸਾਰ ਨੇਗੀਆਂ, ਜਾਂ ਫਿਰ ਡਿਵੈਲਪਮੈਂਟਲ ਵਿਕਾਸ ਸੰਬੰਧੀ, ਜਾਂ ਫਿਰ ਕਰੈਕਟਿਵ ਸੁਧਾਰਾਤਮਕ, ਜਾਂ ਫਿਰ ਪ੍ਰੀਵੈਂਟਿਵ, ਠੀਕ ਹੈ, ਰੋਕਥਾਮ। ਤਾਂ ਫਿਰ ਕਿਹੜੀ ਚੀਜ਼ ਹੈ ਜੀ ਜਿਹੜੀ ਤੁਹਾਡੀ ਹੈਗੀ ਹੈ ਗੁੱਡ ਡਿਸਿਪਲਿਨ ਨੂੰ ਕੀ ਕਰ ਰਹੀ ਹੈ, ਡਿਸਕ੍ਰਾਈਬ ਕਰ ਰਹੀ ਹੈ, ਪ੍ਰਦਰਸ਼ਿਤ ਕਰ ਰਹੀ ਹੈ? ਤਾਂ ਇੱਥੇ ਆਏਗਾ ਤੁਹਾਡਾ ਉੱਤਰ ਇਸਦਾ, ਡਿਵੈਲਪਮੈਂਟਲ, ਠੀਕ ਹੈ ਜੀ। ਜੋ ਵਿਕਾਸ ਹੁੰਦਾ ਜੀ ਉਹ ਇੱਕ ਲੈਅ ਦੇ ਵਿੱਚ ਚੱਲਦਾ, ਇੱਕ ਡਿਸਿਪਲਿਨ ਨੂੰ ਮੈਂਟੇਨ ਕਰਕੇ ਚੱਲਦਾ। ਇਹ ਨਹੀਂ ਹੋਏਗਾ ਵੀ ਅੱਜ ਵਿਕਾਸ ਆ, ਇੰਨਾ ਵਿਕਾਸ ਹੋ ਗਿਆ ਤਾਂ ਕੱਲ੍ਹ ਨੂੰ ਨਹੀਂ ਹੋਏਗਾ ਜਾਂ ਪਰਸੋਂ ਨਹੀਂ ਹੋਏਗਾ। ਲਗਾਤਾਰ ਪ੍ਰਕਿਰਿਆ ਚੱਲਦੀ ਰਹੇਗੀ, ਇੱਕ ਡਿਸਿਪਲਿਨ ਮੈਂਟੇਨ ਹੁੰਦਾ ਰਹੇਗਾ, ਠੀਕ ਹੈ। ਤਾਂ ਸਾਰੇ ਜਿਹੜੀਆਂ ਚੀਜ਼ਾਂ ਹੈਗੀਆਂ ਇੱਕ ਡਿਸਿਪਲਿਨ ਦੇ ਵਿੱਚ ਚੱਲਦੀਆਂ ਰਹਿਣਗੀਆਂ, ਤਾਂ ਡਿਵੈਲਪਮੈਂਟਲ ਇਸਦਾ ਜਿਹੜਾ ਹੈਗਾ ਤੁਹਾਡਾ ਬਿਲਕੁਲ ਸਹੀ ਉੱਤਰ ਹੈ ਜੀ। ਇਸ ਤੋਂ ਬਾਅਦ ਆ ਗਿਆ ਨੈਕਸਟ ਕੁਸ਼ਚਨ। An adolescent attempt to emancipate himself from parental control and supervision. ਇੱਕ ਕਿਸ਼ੋਰ ਦੀ ਆਪਣੇ ਆਪ ਨੂੰ ਮਾਪਿਆਂ ਦੇ ਨਿਯੰਤਰਣ ਅਤੇ ਨਿਗਰਾਨੀ ਤੋਂ ਮੁਕਤ ਕਰਨ ਦੀ ਕੋਸ਼ਿਸ਼, ਠੀਕ ਹੈ। ਹੁਣ ਬੱਚਾ ਹੈ ਜਦੋਂ ਅਡੋਲਸਨ ਸਟੇਜ ਦੇ ਵਿੱਚ ਪਹੁੰਚਦਾ, ਯਾਨੀ ਕਿ 14 ਤੋਂ ਵੱਧ ਜਦੋਂ ਉਸਦੀ ਉਮਰ ਹੋ ਜਾਂਦੀ ਹੈ, 18-19 ਸਾਲ ਤੱਕ ਦਾ ਜਦੋਂ ਪਹੁੰਚਦਾ, ਤਾਂ ਉਹ ਕੀ ਕਰਦਾ, ਆਪਣੇ ਆਪ ਨੂੰ ਆਪਣੇ ਪੇਰੈਂਟਸ ਦੇ ਜਿਹੜਾ ਹੈਗਾ ਕੰਟਰੋਲ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ, ਠੀਕ ਹੈ, ਆਪਣੀ ਜਿਹੜਾ ਹੈਗਾ ਨਿਗਰਾਨੀ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕਰਦਾ। ਤਾਂ ਇਹ ਕਿਸ ਚੀਜ਼ ਨੂੰ ਦਰਸਾ ਰਿਹਾ, ਇਹ ਚੀਜ਼ ਆਪਾਂ ਨੇ ਦੱਸਣੀ ਹੈ ਜੀ। ਆਪਸ਼ਨ ਏ ਤੁਹਾਡੀ ਕਹਿ ਰਹੀ ਹੈ ਜੀ ਇਜ਼ ਓਰੀਐਂਟਡ ਟੂਵਰਡ ਅਪਟੇਨਿੰਗ ਕੰਪਲੀਟ ਪਰਸਨਲ ਇੰਡੀਪੈਂਡੈਂਸ, ਪੂਰਨ ਨਿੱਜੀ ਸੁਤੰਤਰਤਾ ਪ੍ਰਾਪਤ ਵੱਲ ਕੇਂਦਰਿਤ। ਬੀ ਆਪਸ਼ਨ ਜਨਰਲੀ ਇਨਵੋਲਵ ਫਰੋਮ ਰਿਬੇਲੀਅਸਨੈਸ ਅਰਾਈਜ਼ਿੰਗ ਆਊਟ ਆਫ ਦਾ ਪੂਅਰ ਪੇਰੈਂਟ ਚਾਈਲਡ ਰਿਲੇਸ਼ਨਸ਼ਿਪ। ਆਮ ਤੌਰ 'ਤੇ ਮਾਪੇ ਬੱਚੇ ਦੇ ਮਾੜੇ ਰਿਸ਼ਤੇ ਤੋਂ ਪੈਦਾ ਹੋਣ ਵਾਲੀ ਬਗਾਵਤ ਤੋਂ ਵਿਕਸਿਤ ਹੁੰਦੇ ਨੇ। ਜਾਂ ਫਿਰ ਸੀ ਆਪਸ਼ਨ ਇਜ਼ ਟੂ attain freedom and enjoy his social relationship, ਆਜ਼ਾਦੀ ਪ੍ਰਾਪਤ ਕਰਨਾ ਅਤੇ ਆਪਣੇ ਜੋ ਹੈ ਸਮਾਜਿਕ ਰਿਸ਼ਤਿਆਂ ਦਾ ਆਨੰਦ ਲੈਣਾ। ਡੀ ਆਪਸ਼ਨ ਹੈਗਾ ਇਸ ਜਨਰਲੀ ਸਿਮਟੋਮੈਟਿਕ ਆਫ ਨੋਰਮਲ ਕੋਰਸ ਆਫ ਗਰੋਇੰਗ ਅਪ, ਆਮ ਤੌਰ 'ਤੇ ਵੱਡੇ ਹੋਣ ਦੇ ਆਮ ਕੋਰਸ ਦਾ ਜੋ ਹੈ ਲੱਛਣ ਹੁੰਦਾ ਹੈ। ਹੁਣ ਬੱਚਾ ਜਿਹੜਾ ਹੈਗਾ ਜੀ ਜਦੋਂ ਵੱਡਾ ਹੋ ਜਾਂਦਾ ਅਡੋਲਸੈਂਸ ਵਾਲੀ ਸਟੇਜ ਦੇ ਵਿੱਚ, ਠੀਕ ਹੈ, ਉਸਦਾ ਜੋ ਆਪਣਾ ਉਸਨੂੰ ਇੱਦਾਂ ਲੱਗਣ ਲੱਗ ਜਾਂਦਾ ਕਿ ਉਹ ਜੋ ਹੈਗਾ ਫਿਜ਼ੀਕਲ ਤੌਰ 'ਤੇ, ਮਾਨਸਿਕ ਤੌਰ 'ਤੇ, ਸਰੀਰਕ ਤੌਰ 'ਤੇ ਹਰ ਇੱਕ ਪੱਖ ਤੋਂ ਕਾਫੀ ਜ਼ਿਆਦਾ ਕੈਪੇਬਲ ਹੋ ਜਾਂਦਾ, ਤਾਂ ਉਦੋਂ ਉਸਨੂੰ ਆਪਣੀ ਸੁਤੰਤਰਤਾ ਦੀ ਭਾਲ ਹੁੰਦੀ ਹੈ। ਉਸਨੂੰ ਲੱਗਦਾ ਹੈਗਾ ਵੀ ਮੈਂ ਜਿਹੜਾ ਹੈ ਇੰਨਾ ਕੈਪੇਬਲ ਹੋ ਚੁੱਕਿਆ ਵੀ ਮੈਂ ਆਪਣਾ ਧਿਆਨ ਖੁਦ ਰੱਖ ਸਕਦਾ। ਤਾਂ ਇਸ ਤਰੀਕੇ ਦੀ ਇੱਕ ਇੰਡੀਪੈਂਡੈਂਟ ਸੋਚ ਆਪਾਂ ਕਹਿ ਸਕਦੇ ਹਾਂ ਬੱਚੇ ਦੀ ਜਨਰੇਟ ਹੋ ਜਾਂਦੀ ਹੈ। ਇਸ ਕਰਕੇ ਜਿਹੜਾ ਹੈਗਾ ਉਹ ਆਪਣੇ ਮਾਪਿਆਂ ਦੇ ਨਿਯੰਤਰਣ ਵਿੱਚੋਂ ਜਾਂ ਫਿਰ ਕਹਿ ਲਓ ਕੰਟਰੋਲ ਦੇ ਵਿੱਚੋਂ ਮੁਕਤ ਹੋਣ ਦੀ ਕੋਸ਼ਿਸ਼ ਕਰਦਾ ਅਤੇ ਆਪਣੀ ਜਿਹੜੀ ਹੈਗੀ ਇੱਕ ਵੱਖਰੀ ਸੋਚ ਅਤੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਣ ਦੀ ਕੋਸ਼ਿਸ਼ ਕਰਦਾ। ਤਾਂ ਇਹਦਾ ਉੱਤਰ ਤੁਹਾਡਾ ਡੀ ਬਿਲਕੁਲ ਸਹੀ ਆਏਗਾ, ਠੀਕ ਹੈ ਜੀ। ਇਸ ਤੋਂ ਬਾਅਦ ਆ ਗਿਆ ਨੈਕਸਟ ਕੁਸ਼ਚਨ। ਹੂ ਸੈਡ ਦੈਟ ਕੋਗਨੀਟਿਵ ਕੋਗਨੀਸ਼ਨ ਇਜ਼ ਇਨ ਸੈਂਟਰ ਆਫ ਇਮੋਸ਼ਨਸ ਐਂਡ ਮੂਵਸ ਟੂਵਰਡ ਇਟ, ਕਿਸਨੇ ਕਿਹਾ ਬੋਧ ਭਾਵਨਾਵਾਂ ਦੇ ਕੇਂਦਰ ਵਿੱਚ ਹੈ ਅਤੇ ਇਸ ਵੱਲ ਵੱਧਦੀ ਹੈ? ਆਪਸ਼ਨਸ ਏ ਨੇ ਆਪਣੀਆਂ ਸਕੈਚਰ ਐਂਡ ਸਿਗਨੇਰ, ਬੀ ਆਪਸ਼ਨ ਹੈਗਾ ਕੈਨਨ ਐਂਡ ਬ੍ਰੇਡ, ਐਂਡ ਸੀ ਹੈਗਾ ਜੀ ਐਨਕਮੈਨ, ਐਂਡ ਡੀ ਹੈਗਾ ਤੁਹਾਡਾ ਜੇਮਸ ਐਂਡ ਲੋਸ।
ਤਾਂ ਕਿਸ ਨੇ ਕਿਹਾ ਵੀ ਜੋ ਆਪਣੇ ਇਮੋਸ਼ਨਸ ਨੇ, ਜੋ ਭਾਵਨਾਵਾਂ ਦਾ ਜੋ ਆਪਣੀ ਬੁੱਧੀ ਹੈ ਜੀ, ਉਹ ਭਾਵਨਾਵਾਂ ਦੇ ਕੇਂਦਰ ਦੇ ਵਿੱਚ ਹੈ? ਤਾਂ ਇਹ ਤੁਹਾਡਾ ਜਿਹੜਾ ਹੈਗਾ ਫੈਕਟ ਬੇਸਡ ਕੁਸ਼ਚਨ ਹੈ, ਧਿਆਨ ਦੇ ਵਿੱਚ ਰੱਖਣਾ ਕਿਸ ਦੇ ਇਹ ਜੋ ਸ਼ਬਦ ਨੇ, ਇਹ ਹੈਗੇ ਆਪਸ਼ਨ ਨੰਬਰ ਏ, ਸਕੈਚਰ ਐਂਡ ਸਿਗੇਰ ਦੇ। ਠੀਕ ਹੈ ਜੀ, ਨੈਕਸਟ ਆ ਗਿਆ ਤੁਹਾਡਾ ਬੀ ਆਪਸ਼ਨ। ਨੈਕਸਟ ਕੁਸ਼ਚਨ ਹੈਗਾ ਜੀ, ਵਟ ਅਮੰਗ ਆਫ ਦਾ ਫੋਲੋਇੰਗ ਆਲਟਰਨੇਟਿਵਸ ਨੋਟ ਯੂਜ ਟੂ ਰਿਕਗਨਾਈਜ਼ ਦਾ ਸਪੈਸ਼ਲ ਨੀਡ ਚਿਲਡਰਨ। ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਪਹਿਚਾਣ ਕਰਨ ਦੇ ਲਈ ਹੇਠਾਂ ਵਿੱਚੋਂ ਕਿਹੜਾ ਵਿਕਲਪ ਨਹੀਂ ਵਰਤਿਆ ਜਾ ਸਕਦਾ? ਹੁਣ ਸਪੈਸ਼ਲ ਨੀਡਸ ਵਾਲੇ ਬੱਚੇ ਨੇ, ਉਹਨਾਂ ਦੀ ਕਰਨੀ ਹੈ ਜੀ ਪਹਿਚਾਣ। ਤਾਂ ਚਾਰ ਆਪਸ਼ਨਸ ਦਿੱਤੀਆਂ ਹੋਈਆਂ ਨੇ, ਤਾਂ ਆਪਾਂ ਉਹਨਾਂ ਵਿੱਚੋਂ ਕਿਹੜੀ ਚੀਜ਼ ਹੈ ਜਿਹੜੀ ਨਹੀਂ ਵਰਤਾਂਗੇ, ਕਿਹੜੀ ਆਪਸ਼ਨ ਹੈ ਜਿਹੜੀ ਨਹੀਂ ਵਰਤੀ ਜਾਏਗੀ ਜਦੋਂ ਤੁਸੀਂ ਭਾਲ ਕਰ ਰਹੇ ਹੋ ਸਪੈਸ਼ਲ ਚਾਈਲਡ ਦੀ? ਠੀਕ ਹੈ, ਹੁਣ ਪਹਿਲੀ ਆਪਸ਼ਨ ਤੁਹਾਡੀ ਕੀ ਕਹਿ ਰਹੀ ਹੈ ਜੀ? ਪਹਿਲੀ ਆਪਸ਼ਨ ਹੈਗੀ ਆ ਸੋਸ਼ਲ ਸਟੇਟਸ ਆਫ ਪੇਰੈਂਟਸ, ਮਾਪਿਆਂ ਦੀ ਸਮਾਜਿਕ ਸਥਿਤੀ। ਆਪਸ਼ਨ ਬੀ ਤੁਹਾਡਾ ਹੈਗਾ ਜੀ ਐਨੈਕਡੋਟ ਰਿਪੋਰਟ, ਕਿੱਸਾ ਰਿਪੋਰਟਾਂ, ਜਾਂ ਫਿਰ ਸੀ ਇੰਟਰਵਿਊ ਆਫ ਪੇਰੈਂਟਸ, ਮਾਪਿਆਂ ਦਾ ਇੰਟਰਵਿਊ, ਜਾਂ ਫਿਰ ਡੀ ਪੈਟਰਨ ਆਫ ਬਿਹੇਵੀਅਰ। ਹੁਣ ਸਪੈਸ਼ਲ ਨੀਡ ਵਾਲੇ ਬੱਚਿਆਂ ਦੀ ਭਾਲ ਕਰਨੀ ਹੈ ਆਪਾਂ ਨੇ, ਤਾਂ ਓਬਵੀਅਸਲੀ ਆਪਾਂ ਜਿਹੜੀ ਹੈਗੀ ਹੈ ਰਿਪੋਰਟ ਨੂੰ ਧਿਆਨ ਦੇ ਵਿੱਚ ਰੱਖਾਂਗੇ, ਕਿਉਂਕਿ ਤੁਹਾਡੀ ਜਿਹੜੀ ਹੈਗੀ ਹੈ ਐਨੈਕਡੋਟ ਰਿਪੋਰਟ ਹੁੰਦੀ ਹੈ, ਉਹ ਬੱਚੇ ਦੀ ਡੇਲੀ ਬੇਸਿਸ ਦੇ ਉੱਪਰ ਆਪਾਂ ਤਿਆਰ ਕਰਦੇ ਹਾਂ, ਜਾਂ ਉਹਦੇ ਬੱਚੇ ਦੀ ਪਰਫੋਰਮੈਂਸ ਉਹਦੇ ਵਿੱਚ ਮੈਨਸ਼ਨ ਹੁੰਦੀ ਹੈ ਵੀ ਬੱਚੇ ਅਗਰ ਤੁਹਾਡੇ ਕੋਲ ਇੰਨਾ ਟਾਈਮ ਰੁਕਿਆ ਤਾਂ ਉਹਦੀ ਕਿਸ ਪ੍ਰਕਾਰ ਦੀਆਂ ਗਤੀਵਿਧੀਆਂ ਰਹੀਆਂ, ਕਿੱਦਾਂ ਉਹਨੇ ਜੋ ਹੈਗੀਆਂ ਐਕਟੀਵਿਟੀਜ਼ ਦੇ ਵਿੱਚ ਪਾਰਟੀਸਿਪੇਟ ਕੀਤਾ, ਉਹਨਾਂ ਨੂੰ ਕਿੱਦਾਂ ਪਰਫੋਰਮ ਕੀਤਾ, ਉਸਦੀ ਜੋ ਅਕੈਡਮਿਕ ਪਰਫੋਰਮੈਂਸ ਹੈ ਉਹ ਕਿਸ ਤਰੀਕੇ ਦੀ ਰਹੀ, ਤਾਂ ਉਹ ਸਾਰੀ ਚੀਜ਼ਾਂ ਦਾ ਰਿਪੋਰਟ ਹੁੰਦੀ ਹੈ ਜੀ। ਉਸ ਤੋਂ ਬਾਅਦ ਇੰਟਰਵਿਊ ਆਫ ਪੇਰੈਂਟਸ, ਹੁਣ ਬੱਚੇ ਦੇ ਬਾਰੇ ਜਾਣਨਾ ਤਾਂ ਪੇਰੈਂਟਸ ਦੇ ਇੰਟਰਵਿਊ ਤੋਂ, ਪੇਰੈਂਟਸ ਤੋਂ ਜਾਣਨ ਨੂੰ ਮਿਲੇਗਾ ਵੀ ਬੱਚੇ ਦੀ ਜੋ ਕੰਡੀਸ਼ਨਿੰਗ ਕਿਸ ਤਰੀਕੇ ਦੀ ਹੋਈ ਹੈ, ਜੋ ਬੱਚਾ ਹੈ ਕਿ ਐਕਚੁਅਲ ਦੇ ਵਿੱਚ ਕਿਸ ਤਰੀਕੇ ਦਾ, ਤਾਂ ਇਹ ਚੀਜ਼ ਹੋਏਗਾ। ਉਸ ਤੋਂ ਬਾਅਦ ਟੀਚਰ ਅਬਜ਼ਰਵ ਕਰੇਗਾ ਬੱਚੇ ਦੇ ਬਿਹੇਵੀਅਰ ਨੂੰ, ਠੀਕ ਹੈ, ਤਾਂ ਵਿਵਹਾਰ ਦੇ ਪੈਟਰਨ ਤੋਂ ਵੀ ਜਿਹੜਾ ਹੈਗਾ ਪਤਾ ਚੱਲੇਗਾ ਕਿ ਬੱਚਾ ਨੋਰਮਲ ਹੈ ਜਾਂ ਫਿਰ ਸਪੈਸ਼ਲ ਹੈ ਜਾਂ ਫਿਰ ਗਿਫਟਡ ਹੈ। ਠੀਕ ਹੈ ਜੀ, ਤਾਂ ਫਿਰ ਕਿਹੜੀ ਚੀਜ਼ ਹੈ ਜਿਹੜੀ ਨਹੀਂ ਵਰਤਾਂਗੇ, ਤਾਂ ਫਿਰ ਆਪਣਾ ਜਿਹੜੇ ਹੈਗੇ ਸੋਸ਼ਲ ਸਟੇਟਸ ਆਫ ਪੇਰੈਂਟਸ ਤੋਂ ਕੋਈ ਲੈਣ ਦੇਣ ਨਹੀਂ ਹੈਗਾ ਜਦੋਂ ਭਾਲ ਕਰਨੀ ਹੈ ਜੀ ਸਪੈਸ਼ਲ ਨੀਡਸ ਵਾਲੇ ਬੱਚਿਆਂ ਦੀ। ਠੀਕ ਹੈ, ਤਾਂ ਇੱਥੇ ਆ ਜਾਊਗਾ ਤੁਹਾਡਾ ਇਹ ਆਪਸ਼ਨ ਬਿਲਕੁਲ ਸਹੀ। ਇਸ ਤੋਂ ਬਾਅਦ ਆ ਗਿਆ ਆਪਣਾ ਨੈਕਸਟ ਕੁਸ਼ਚਨ, ਵਿਚ ਅਮੰਗ ਦ ਫੋਲੋਇੰਗ ਇਜ਼ ਨੋਟ ਸਿਮੀਲਰ ਟੂ ਪ੍ਰੂਵ ਆਫ ਇੰਟੈਲੀਜੈਂਸ ਐਂਡ ਹੈਰੀਡਿਟੀ ਇਫੈਕਟਸ। ਹੇਠਾਂ ਲਿਖਿਆਂ ਵਿੱਚੋਂ ਕਿਹੜਾ ਖੁਫੀਆ ਅਤੇ ਵਿਰਾਸਤੀ ਪ੍ਰਭਾਵਾਂ ਦੇ ਸਬੂਤਾਂ ਦੇ ਸਮਾਨ ਨਹੀਂ ਹੈ? ਆਪਸ਼ਨ ਏ ਤੁਹਾਡੀ ਹੈਗੀ ਹੈ ਅਡੋਪਸ਼ਨ ਸਟੱਡੀ ਆਫ ਅਦਰ ਲੈਂਗੁਏਜ, ਦੂਜੀ ਭਾਸ਼ਾ ਦਾ ਨੂੰ ਜਿਹੜਾ ਹੈਗਾ ਗ੍ਰਹਿਣ ਕਰਨਾ, ਬੀ ਆਪਸ਼ਨ ਸਿਮੀਲਰ ਸਟੱਡੀ, ਜਾਂ ਫਿਰ ਸੀ ਤੁਹਾਡੀ ਆ ਗਈ ਫੋਰਵਰਡ ਸਟੱਡੀ ਅੱਗੇ ਵਧਿਆ ਅਧਿਐਨ, ਜਾਂ ਫਿਰ ਕਲੀਨਿਕਲ ਸਟੱਡੀ। ਤਾਂ ਕਿਹੜੀ ਜਿਹੜੀ ਹੈਗੀ ਹੈ ਜੀ ਸਿਮੀਲਰ ਪ੍ਰੂਵ ਨਹੀਂ ਹੈ, ਕਿਹਦਾ ਇੰਟੈਲੀਜੈਂਸ ਐਂਡ ਹੈਰੀਡਿਟੀ ਨੂੰ ਇਫੈਕਟ ਨਹੀਂ ਕਰਦੀ, ਤਾਂ ਇੱਥੇ ਆ ਜਾਊਗਾ ਤੁਹਾਡਾ ਡੀ ਆਪਸ਼ਨ ਕਲੀਨਿਕਲ ਸਟੱਡੀ। ਡੀ ਆਪਸ਼ਨ ਇਸ ਦਾ ਸਹੀ ਉੱਤਰ। ਨੈਕਸਟ ਕੁਸ਼ਚਨ ਹੈ, ਅ ਟੀਚਰ ਵਾਂਟਸ ਟੂ ਐਸਟੀਮੇਟ ਦਾ ਕ੍ਰੀਏਟਿਵ ਐਬਿਲਿਟੀ ਆਫ ਹਰ ਸਟੂਡੈਂਟ, ਦੈਨ ਸ਼ੀ ਸ਼ੁੱਡ ਮੇਕ। ਇੱਕ ਅਧਿਆਪਕ ਹੈ ਜੀ ਆਪਣੇ ਬੱਚੇ ਦੀ, ਉਹਨਾਂ ਨੇ ਜੋ ਹੈ ਕਿ ਇੱਕ ਕ੍ਰੀਏਟਿਵ ਐਬਿਲਿਟੀ ਯਾਨੀ ਕਿ ਰਚਨਾਤਮਕ ਯੋਗਤਾ ਨੂੰ ਦੇਖਣਾ, ਠੀਕ ਹੈ, ਉਸਦਾ ਅੰਦਾਜ਼ਾ ਲਗਾਉਣਾ, ਤਾਂ ਇਸ ਦੇ ਲਈ ਉਹ ਟੀਚਰ ਕੀ ਕਰੇਗਾ, ਕੀ ਕਰਨਾ ਚਾਹੇਗਾ? ਆਪਸ਼ਨ ਏ ਤੁਹਾਡੀ ਕਹਿ ਰਹੀ ਹੈ ਐਨ ਔਰਗਨਾਈਜ਼ਡ ਵਰਕ ਵਿੱਚ ਸ਼ੁੱਡ ਬੀ ਕੰਪਲੀਟਡ ਇਨ ਫਿਕਸ ਟਾਈਮ। ਇੱਕ ਅਜਿਹਾ ਕੰਮ ਨਿਰਧਾਰਿਤ ਕਰੇਗਾ ਜਿਹਦੇ ਜਿਹਨੂੰ ਬੱਚਾ ਜਿਹੜਾ ਹੈਗਾ ਇੱਕ ਨਿਸ਼ਚਿਤ ਸਮੇਂ ਦੇ ਵਿੱਚ ਕਰੇਗਾ। ਬੀ ਤੁਹਾਡੀ ਹੈਗੀ ਹੈ ਐਨ ਔਰਗਨਾਈਜ਼ਡ ਵਰਕ ਵਿੱਚ ਸ਼ੁੱਡ ਬੀ ਕੰਪਲੀਟਡ ਔਨ ਇੰਡੀਵਿਜੁਅਲ ਸਪੀਡ। ਇੱਕ ਸੰਗਠਿਤ ਕੰਮ ਜੋ ਵਿਅਕਤੀਗਤ ਗਤੀ 'ਤੇ ਪੂਰਾ ਕੀਤਾ ਜਾਣਾ ਚਾਹੀਦਾ, ਮਤਲਬ ਆਪਣੀ ਆਪਣੀ ਸਪੀਡ ਦੇ ਅਨੁਸਾਰ, ਹੈ ਨਾ, ਕੋਈ ਕੰਮ ਹੈ ਤੁਸੀਂ 10 ਮਿੰਟ 'ਚ ਕਰਦੇ ਹੋ, ਤੁਹਾਡਾ ਕੋਈ ਦੋਸਤ 12 ਮਿੰਟ 'ਚ ਕਰਦਾ ਜਾਂ ਕੋਈ 8 ਮਿੰਟ 'ਚ ਕਰਦਾ, ਤਾਂ ਉੱਦਾਂ ਦਾ ਯਸ ਸੀ ਅੰਡਰ ਦਾ ਪਲੈਨਿੰਗ ਆਫ ਈਵੈਲੂਏਸ਼ਨ
ਫਲੈਕਸੀਬਿਲਿਟੀ ਇਨ ਵੇਰੀਅਸ ਓਪਨ ਐਂਡਡ ਵਰਕਸ, ਵੱਖ ਵੱਖ ਓਪਨ ਐਂਡਡ ਕੰਮਾਂ ਵਿੱਚ ਮੁਲਾਂਕਣ ਲਚਕਤਾ ਦੀ ਯੋਜਨਾਬੰਦੀ ਦੇ ਤਹਿਤ, ਠੀਕ ਹੈ, ਜਾਂ ਫਿਰ ਡੀ ਬੇਸਡ ਔਨ ਐਕਸੈਪਟਡ ਰਿਜ਼ਲਟ ਫਲੈਕਸੀਬਿਲਿਟੀ ਇਨ ਵੇਰੀਅਸ ਓਪਨ ਐਂਡਡ ਵਰਕਸ, ਪ੍ਰਵਾਨਿਤ ਨਤੀਜਿਆਂ ਦੇ ਆਧਾਰ ਦੇ ਉੱਪਰ ਵੱਖ ਤੋਂ ਵੱਖ ਓਪਨ ਐਂਡਡ ਪ੍ਰਸ਼ਨ ਕੀਤੇ ਗਏ, ਠੀਕ ਹੈ, ਉਹਦੇ ਆਧਾਰ ਦੇ ਉੱਪਰ ਜਾਂ ਕੀਤੇ ਕੰਮਾਂ ਵਿੱਚ ਲਚਕਤਾ, ਠੀਕ ਹੈ। ਤਾਂ ਹੁਣ ਇੱਕ ਅਧਿਆਪਕ ਨੇ ਹੈਗੇ ਬੱਚੇ ਦੀ ਕ੍ਰੀਏਟੀਵਿਟੀ ਦਾ ਤੁਸੀਂ ਕੀ ਕਰਨਾ ਜੀ, ਅੰਦਾਜ਼ਾ ਲਗਾਉਣਾ ਵੀ ਬੱਚਾ ਕਿੰਨਾ ਕੁ ਕ੍ਰੀਏਟਿਵ ਹੈ। ਤਾਂ ਫਿਰ ਇੱਥੇ ਜੋ ਹੈਗਾ ਤੁਹਾਡੇ ਲਈ ਬੈਸਟ ਆਪਸ਼ਨ ਕੀ ਰਹੇਗੀ, ਇੱਥੇ ਆ ਜਾਊਗਾ ਤੁਹਾਡਾ ਸੀ ਆਪਸ਼ਨ, ਬਿਲਕੁਲ ਸੀ, ਠੀਕ ਹੈ ਜੀ। ਓਪਨ ਐਂਡਡ ਵਰਕਸ ਕੀ ਕੀਤਾ ਜਾਏਗਾ, ਟੀਚਰ ਕੀ ਕਰੇਗਾ, ਪਲੈਨ ਕਰੇਗਾ, ਠੀਕ ਹੈ, ਤਾਂ ਕਿ ਬੱਚੇ ਨੂੰ ਇਵੈਲੂਏਟ ਕੀਤਾ ਜਾ ਸਕੇ, ਠੀਕ ਹੈ। ਸੋ ਵੇਰੀਅਸ ਕੰਮ ਆਪਣੇ ਕੋਲ ਓਪਨ ਐਂਡਡ ਵਰਕਸ, ਮਤਲਬ ਵੱਖੋ ਵੱਖਰੇ ਕੰਮ ਤੋਂ ਬੱਚੇ ਦਾ ਆਪਾਂ ਅੰਦਾਜ਼ਾ ਲਗਾਵਾਂਗੇ। ਹੁਣ ਇੱਕ ਕੰਮ ਤੋਂ ਤੁਸੀਂ ਕੀ, ਜਾਂ ਇੱਕ ਕੋਈ ਐਕਟੀਵਿਟੀ 'ਚ ਹੋ ਸਕਦਾ ਬੱਚਾ ਮਾਹਿਰ ਹੋਵੇ, ਦੂਜੀ 'ਚ ਨਾ ਹੋਵੇ, ਠੀਕ ਹੈ। ਤਾਂ ਫਿਰ ਵੱਖ ਵੱਖ ਪ੍ਰਕਾਰ ਦੇ ਕੰਮਾਂ ਤੋਂ ਆਪਾਂ ਅੰਦਾਜ਼ਾ ਲਗਾਵਾਂਗੇ ਕਿ ਬੱਚਾ ਕਿੰਨਾ ਕੁ ਕ੍ਰੀਏਟਿਵ ਹੈ, ਠੀਕ ਹੈ। ਤਾਂ ਸੀ ਆਪਸ਼ਨ ਤੁਹਾਡਾ ਇੱਥੇ ਰਹੇਗਾ, ਬਿਲਕੁਲ ਸਹੀ। ਇਸ ਤੋਂ ਬਾਅਦ ਆ ਗਿਆ ਜੀ ਨੈਕਸਟ ਕੁਸ਼ਚਨ। ਵਿਚ ਅਮੰਗ ਦ ਫੋਲੋਇੰਗ ਇਜ਼ ਅ ਸਾਈਨ ਆਫ ਕ੍ਰੀਏਟਿਵ ਅਪਰੋਚ ਮੈਥਡ, ਇਹਨਾਂ ਵਿੱਚੋਂ ਕਿਹੜਾ ਰਚਨਾਤਮਕ ਪਹੁੰਚ ਵਿਧੀ ਦਾ ਸੰਕੇਤ ਹੈ, ਠੀਕ ਹੈ। ਏ ਆਪਸ਼ਨ ਤੁਹਾਡੀ ਕਹਿ ਰਹੀ ਹੈ ਜੀ ਐਬਸੈਂਟ ਆਫ ਪੇਪਰ ਪੈਨਸਿਲ ਟੈਸਟ, ਪੇਪਰ ਪੈਨਸਿਲ ਟੈਸਟ ਨਹੀਂ ਲੈਣਾ, ਠੀਕ ਹੈ। ਬੀ ਆਪਸ਼ਨ ਨੋ ਇਵੈਲੂਏਸ਼ਨ ਟਿਲ ਸੀਨੀਅਰ ਸੈਕੰਡਰੀ ਲੈਵਲ, ਜਿੰਨਾ ਟਾਈਮ ਬੱਚਾ ਸੀਨੀਅਰ ਸੈਕੰਡਰੀ ਲੈਵਲ 'ਚ ਨਹੀਂ ਪਹੁੰਚਦਾ ਉਨਾ ਟਾਈਮ ਇਵੈਲੂਏਸ਼ਨ ਨਹੀਂ ਕਰਨੀ, ਜਾਂ ਫਿਰ ਸੀ ਇਵੈਲੂਏਸ਼ਨ ਅਕੋਰਡਿੰਗ ਟੂ ਦ ਡਿਮਾਂਡ ਆਫ ਦ ਸਟੂਡੈਂਟ, ਇਵੈਲੂਏਸ਼ਨ ਉਦੋਂ ਕੀਤੀ ਜਾਵੇ ਜਦੋਂ ਬੱਚੇ ਦੀ ਡਿਮਾਂਡ ਹੈ, ਜਾਂ ਫਿਰ ਸੈਲਫ ਇਵੈਲੂਏਸ਼ਨ ਐਂਡ ਰਿਕਗਨੀਸ਼ਨ ਬਾਏ ਸਟੂਡੈਂਟਸ। ਤਾਂ ਫਿਰ ਇੱਥੇ ਜਿਹੜੀ ਹੈਗੀ ਕ੍ਰੀਏਟਿਵ ਅਪਰੋਚ ਦਾ ਬੈਸਟ ਮੈਥਡ ਕਿਹੜਾ ਰਹੇਗਾ ਤੁਹਾਡਾ, ਆਪਸ਼ਨ ਨੰਬਰ ਡੀ ਸੈਲਫ ਇਵੈਲੂਏਸ਼ਨ ਐਂਡ ਕੋਗਨੀਸ਼ਨ ਕੋਗਨੀਟਿਵ ਬਾਏ ਸਟੂਡੈਂਟ, ਜਿਸ ਨੂੰ ਮੇਟਾ ਮੈਟਾ ਕੋਗਨੀਸ਼ਨ ਕਿਹਾ ਜਾਂਦਾ ਜੀ, ਯਾਨੀ ਕਿ ਸੈਲਫ ਇਵੈਲੂਏਸ਼ਨ। ਇਸ ਤੋਂ ਬਾਅਦ ਆ ਜਾਏਗਾ ਤੁਹਾਡਾ ਨੈਕਸਟ ਕੁਸ਼ਚਨ। ਵੈਨ ਕ੍ਰੀਏਟਿਵ ਥਿੰਕਿੰਗ ਅਰਾਈਜ਼ ਕ੍ਰਿਟੀਕਲ ਥਿੰਕਿੰਗ ਇਜ਼, ਜਦੋਂ ਰਚਨਾਤਮਕ ਸੋਚ ਆਲੋਚਨਾਤਮਕ ਸੋਚ ਵਿੱਚ ਪੈਦਾ ਹੋ ਜਾਂਦੀ ਹੈ, ਤਾਂ ਇਸਨੂੰ ਕੀ ਕਹਾਂਗੇ ਆਪਾਂ, ਫਲੈਕਸੀਬਲ, ਅਨੈਲਿਟੀਕਲ, ਮਿਸਗਾਈਡਡ ਜਾਂ ਫਿਰ ਨਿਊ। ਕੁਸ਼ਚਨ ਹੈ ਵੈਨ ਕ੍ਰੀਏਟਿਵ ਥਿੰਕਿੰਗ ਅਰਾਈਜ਼ ਕ੍ਰਿਟੀਕਲ ਥਿੰਕਿੰਗ, ਜਦੋਂ ਰਚਨਾਤਮਕ ਸੋਚ ਜਿਹੜੀ ਹੈਗੀ ਹੈ ਤੁਹਾਡੀ ਕ੍ਰਿਟੀਕਲ ਥਿੰਕਿੰਗ ਯਾਨੀ ਕਿ ਆਲੋਚਨਾਤਮਕ ਸੋਚ ਨੂੰ ਪੈਦਾ ਕਰਨਾ ਸ਼ੁਰੂ ਕਰਦੇ, ਤਾਂ ਇਸਨੂੰ ਕੀ ਕਿਹਾ ਜਾਂਦਾ, ਕਿ ਇਹ ਫਲੈਕਸੀਬਿਲਿਟੀ ਹੈ ਜਾਂ ਫਿਰ ਅਨੈਲਿਟੀਕਲ ਹੈ ਜਾਂ ਫਿਰ ਮਿਸਗਾਈਡਡ ਹੈ ਜਾਂ ਫਿਰ ਨਿਊ। ਤਾਂ ਫਿਰ ਇਸਦਾ ਸਹੀ ਉੱਤਰ ਤੁਹਾਡਾ ਕੀ ਹੈ ਜੀ, ਅਨੈਲਿਟੀਕਲ। ਹੁਣ ਅਨੈਲਿਟੀਕਲ ਦਾ ਮਤਲਬ ਕੀ ਹੁੰਦਾ, ਵਿਸ਼ਲੇਸ਼ਣ ਕਰਨਾ, ਜਦੋਂ ਆਪਾਂ ਕਿਸੇ ਵੀ ਚੀਜ਼ ਦਾ ਪੋਜ਼ਿਟਿਵ ਅਤੇ ਨੈਗੇਟਿਵ ਦੋਨੇ ਪ੍ਰਕਾਰ ਦੇ ਪੱਖ ਵੇਖਦੇ ਹਾਂ, ਠੀਕ ਹੈ। ਤਾਂ ਬੀ ਆਪਸ਼ਨ ਤੁਹਾਡਾ ਇੱਥੇ ਬਿਲਕੁਲ ਕੀ ਰਹੇਗਾ ਜੀ, ਸੀ ਅਨੈਲਿਸਿਸ ਕਰਨਾ, ਯਾਨੀ ਕਿ ਉਸਦੇ ਚੰਗੇ ਮਾੜੇ, ਹੈ ਨਾ, ਹਰ ਇੱਕ ਪ੍ਰਕਾਰ ਦੇ ਜਿਹੜੇ ਹੈਗੇ ਗੁਣ ਦੀ ਜਿਹੜੇ ਕੀ ਕਰਨਾ ਜੀ ਆਪਾਂ ਭਾਲ ਕਰਨਾ। ਤਾਂ ਆਲੋਚਨਾਤਮਕ ਦਾ ਨੋਨ ਨੈਗੇਟਿਵ, ਤਾਂ ਮਤਲਬ ਕਿ ਉਸਦੇ ਵੇਰੀਅਸ ਪੁਆਇੰਟਸ ਨੂੰ ਅਲੱਗ ਵੱਖ ਵੱਖ ਜਿਹੜੇ ਹੈਗੇ ਨੇ ਪੱਖਾਂ ਨੂੰ ਜਿਹੜਾ ਕਿ ਧਿਆਨ ਦੇ ਵਿੱਚ ਰੱਖਣਾ, ਠੀਕ ਹੈ। ਤਾਂ ਫਿਰ ਇੱਥੇ ਆ ਜਾਏਗਾ ਤੁਹਾਡਾ ਬੀ ਆਪਸ਼ਨ, ਬਿਲਕੁਲ ਸਹੀ। ਇਸ ਤੋਂ ਬਾਅਦ ਆ ਗਿਆ ਨੈਕਸਟ, ਬਿਫੋਰ ਰੀਚਿੰਗ ਐਟ ਐਨੀ ਐਂਡ ਟੂ ਆਈਡੈਂਟੀ ਆਈਡੈਂਟੀਫਾਈ ਆਫ ਦ ਡਿਫਰੈਂਟ ਆਲਟਰਨੇਟਿਵਸ ਇਜ਼ ਦੀ ਵੱਟ ਟਾਈਪ ਆਫ ਪਰਸਨੈਲਿਟੀ ਆਈਡੈਂਟੀਫਿਕੇਸ਼ਨ, ਵੱਖ ਵੱਖ ਵਿਕਲਪਾਂ ਦੀ ਪਹਿਚਾਣ ਕਰਨ ਦੇ ਲਈ ਕਿਸੇ ਵੀ ਸਿਰੇ 'ਤੇ ਪਹੁੰਚਣ ਤੋਂ ਪਹਿਲਾਂ ਕਿਸ ਕਿਸਮ ਦੀ ਸ਼ਖਸੀਅਤ ਦੀ ਪਹਿਚਾਣ ਹੈ। ਜਿੱਦਾਂ ਆਪਸ਼ਨਸ ਨੇ ਆਈਡੈਂਟੀਫਿਕੇਸ਼ਨ ਆਫ ਸਪਰੈਡ, ਫੈਲਾਅ ਦੀ ਪਹਿਚਾਣ,
ਆਈਡੈਂਟੀਫਿਕੇਸ਼ਨ ਆਫ ਬੈਰੀਅਰਸ ਰੁਕਾਵਟਾਂ ਦੀ, ਜਾਂ ਫਿਰ ਆਈਡੈਂਟੀਫਿਕੇਸ਼ਨ ਆਫ ਰੈਸਟ੍ਰਿਕਸ਼ਨਸ ਪਾਬੰਦੀਆਂ ਦੀ ਪਹਿਚਾਨ, ਜਾਂ ਡੀ ਆਪਸ਼ਨ ਆਈਡੈਂਟੀਫਿਕੇਸ਼ਨ ਆਫ ਅਚੀਵਮੈਂਟ। ਤਾਂ ਫਿਰ ਕਿਸ ਚੀਜ਼ ਦੀ ਜਿਹੜੀ ਹੈਗੀ ਹੈ ਜੀ ਇਹ ਤੁਹਾਡਾ ਜਿਹੜਾ ਹੈਗਾ ਗਾ ਪਹਿਚਾਨ ਹੈ ਪਰਸਨੈਲਿਟੀ ਦੀ, ਤਾਂ ਇੱਥੇ ਤੁਹਾਡਾ ਸੀ ਆਪਸ਼ਨ ਬਿਲਕੁਲ ਸਹੀ ਰਹੇਗਾ, ਆਈਡੈਂਟੀਫਿਕੇਸ਼ਨ ਆਫ ਰੈਸਟ੍ਰਿਕਸ਼ਨਸ ਪਾਬੰਦੀਆਂ ਦੀ ਪਹਿਚਾਨ। ਨੈਕਸਟ ਆ ਗਿਆ ਤੁਹਾਡਾ ਵਿੱਚ ਅਮੰਗ ਦਾ ਫੋਲੋਇੰਗ ਇਜ਼ ਨੋਟ ਅ ਸਾਈਨ ਆਫ ਐਜੂਕੇਸ਼ਨ ਪ੍ਰੋਸੈਸ, ਹੇਠਾਂ ਦਿੱਤਾ ਵਿੱਚੋਂ ਕਿਹੜਾ ਸਿੱਖਿਆ ਪ੍ਰਕਿਰਿਆ ਦਾ ਸੰਕੇਤ ਨਹੀਂ ਆ। ਠੀਕ ਹੈ, ਹੁਣ ਆਪਸ਼ਨਸ ਨੇ ਐਜੂਕੇਸ਼ਨ ਟੇਕ ਬਰਥ ਓਨਲੀ ਥਰੂ ਪ੍ਰੀਚਿੰਗ, ਬੀ ਜੋ ਸਿੱਖਿਆ ਜੀ ਸਿੱਖਿਆ ਦਾ ਜਨਮ ਪ੍ਰਚਾਰ ਰਾਹੀਂ ਹੀ ਕੀਤਾ, ਜਿਹੜਾ ਹੈਗਾ ਤੁਹਾਡਾ ਜਨਮ ਪ੍ਰਚਾਰ ਰਾਹੀਂ ਹੀ ਹੁੰਦਾ, ਵੀ ਜੋ ਸਿੱਖਿਆ ਜਦੋਂ ਉਹਨੂੰ ਉਹਦਾ ਪ੍ਰਚਾਰ ਕੀਤਾ ਜਾਏਗਾ ਉਦੋਂ ਹੀ ਹੋਏਗੀ, ਜਾਂ ਬੀ ਤੁਹਾਡੀ ਐਜੂਕੇਸ਼ਨ ਇਜ਼ ਅ ਕੰਟੀਨਿਊ ਪ੍ਰੋਸੈਸ, ਸਿੱਖਿਆ ਇੱਕ ਨਿਰੰਤਰ ਪ੍ਰਕਿਰਿਆ ਹੈ। ਸੀ ਆਪਸ਼ਨ ਕਹਿ ਰਹੀ ਹੈ ਤੁਹਾਡੀ ਐਜੂਕੇਸ਼ਨ ਇਜ਼ ਬੇਸਡ ਔਨ ਏਮਸ, ਸਿੱਖਿਆ ਉਦੇਸ਼ਾਂ ਦੇ ਉੱਪਰ ਆਧਾਰਿਤ ਹੈ, ਜਾਂ ਡੀ ਐਜੂਕੇਸ਼ਨ ਇਜ਼ ਲਾਈਫ ਲੌਂਗ ਪ੍ਰੋਸੈਸ। ਤਾਂ ਹੁਣ ਇੱਥੇ ਪੁੱਛਿਆ ਗਿਆ ਆਪਣੇ ਤੋਂ ਵੀ ਕਿਹੜਾ ਜਿਹੜਾ ਤੁਹਾਡਾ ਹੈਗਾ ਐਜੂਕੇਸ਼ਨ ਪ੍ਰੋਸੈਸ ਦਾ ਜਿਹੜਾ ਹੈਗਾ ਸਾਈਨ ਨਹੀਂ ਹੈਗਾ, ਸਿੱਖਿਆ ਪ੍ਰਕਿਰਿਆ ਦਾ ਸੰਕੇਤ ਨਹੀਂ ਹੈਗਾ, ਤਾਂ ਇੱਥੇ ਤੁਹਾਡਾ ਈ ਆਪਸ਼ਨ ਬਿਲਕੁਲ ਸਹੀ ਬੈਠ ਜਾਏਗਾ, ਵੀ ਐਜੂਕੇਸ਼ਨ ਟੇਕ ਬਰਥ ਓਨਲੀ ਥਰੂ ਪ੍ਰੀਚਿੰਗ, ਇਹ ਉਦੋਂ ਹੀ ਜਨਮ ਲੈਂਦੀ ਹੈ ਜਦੋਂ ਇਸਦਾ ਪ੍ਰਚਾਰ ਕੀਤਾ ਜਾਵੇ। ਹਾਲਾਂਕਿ ਸਿੱਖਣਾ ਜਿਹੜਾ ਹੈਗਾ ਜੀ ਤੁਹਾਡਾ ਪ੍ਰਚਾਰ ਦੇ ਨਾਲ ਜਿਹੜਾ ਉਹ ਹੈਗਾ ਨਹੀਂ ਹੈਗਾ, ਤੁਹਾਡੇ ਕਹਿੰਦੇ ਸਿੱਖਿਆ ਦਾ ਉਦੋਂ ਜਨਮ ਨਹੀਂ ਹੁੰਦਾ ਵੀ ਜਦੋਂ ਪ੍ਰਚਾਰ ਕੀਤਾ ਜਾਵੇ। ਠੀਕ ਹੈ, ਤਾਂ ਸਿੱਖਿਆ ਆਪਾਂ ਕਿਤੋਂ ਵੀ ਗ੍ਰਹਿਣ ਕਰ ਸਕਦੇ ਹਾਂ, ਕੋਈ ਫੋਰਮਲ ਤਰੀਕੇ ਦੇ ਨਾਲ ਮਿਲ ਜਾਂਦੀ ਹੈ, ਕਈ ਵਾਰ ਆਪਾਂ ਨੂੰ ਇਨਫੋਰਮਲ ਵੇ ਦੇ ਨਾਲ ਮਿਲਦੀ ਹੈ, ਤਾਂ ਜਦੋਂ ਸਕੂਲਾਂ 'ਚ ਪਹੁੰਚਦੇ ਹਾਂ ਤਾਂ ਫੋਰਮਲ ਵੇ ਦੇ ਨਾਲ ਐਜੂਕੇਸ਼ਨ ਪ੍ਰੋਵਾਈਡ ਹੁੰਦੀ ਹੈ ਆਪਾਂ ਨੂੰ। ਠੀਕ ਹੈ, ਘਰਾਂ ਦੇ ਵਿੱਚ ਆਮ ਆਸ ਪਾਸ ਤੋਂ ਆਪਾਂ ਇਨਫੋਰਮਲ ਵੇ ਦੇ ਨਾਲ ਜਿਹੜੇ ਹੈਗੀ ਹੈ ਜਾਣਕਾਰੀ ਨੂੰ ਇਕੱਠਾ ਕਰਦੇ ਹਾਂ, ਹੈ ਨਾ, ਸਿੱਖਦੇ ਹਾਂ, ਤਾਂ ਇਹ ਆ ਜਾਏਗਾ ਤੁਹਾਡਾ ਇਸਦਾ ਬਿਲਕੁਲ ਸਹੀ ਉੱਤਰ, ਏ ਆਪਸ਼ਨ। ਇਸ ਤੋਂ ਬਾਅਦ ਆ ਗਿਆ ਜੀ ਆਪਣਾ, ਚਲੋ ਹਾਂਜੀ, ਤਾਂ ਇਹ ਹੋ ਚੁੱਕੇ ਨੇ ਜੀ ਆਪਣੇ ਅੱਜ ਦੇ ਕੁਝ MCQs। ਅਗਰ ਤੁਹਾਨੂੰ ਕੋਈ ਵੀ ਇਹਦੇ ਵਿੱਚ ਕੋਈ ਡਾਊਟ ਹੈ ਤਾਂ ਤੁਸੀਂ ਪੁੱਛ ਸਕਦੇ ਹੋ, ਮੈਸੇਜ ਕਰ ਸਕਦੇ ਹੋ। ਬਾਕੀ ਅੱਜ ਦੇ ਲਈ ਇੰਨਾ ਹੀ, ਅੱਜ ਦੀ ਕਲਾਸ ਆਪਣੀ ਇੱਥੇ ਖਤਮ ਹੁੰਦੀ ਹੈ, ਨੈਕਸਟ ਲੈਕਚਰ ਦੇ ਵਿੱਚ ਆਪਾਂ ਹੋਰ MCQs ਨੂੰ ਡਿਸਕਸ ਕਰਾਂਗੇ, ਤਾਂ ਅੱਜ ਲਈ ਇੰਨਾ ਹੀ, ਧੰਨਵਾਦ। ਹਾਂਜੀ, ਕਲਾਸ ਕਵਰ ਹੋਈ ਤੁਹਾਡੀ, ਹੋਪਸ ਹੋਈ ਕਲਾਸਿਸ ਹੈ ਜਿਹੜੀਆਂ ਤੁਹਾਡੀਆਂ PSET ਪ੍ਰਿਪਰੇਸ਼ਨ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਕਰ ਰਹੀਆਂ ਹੋਣਗੀਆਂ। ਇਸ ਤੋਂ ਇਲਾਵਾ PSET ਦੀ ਪ੍ਰਿਪਰੇਸ਼ਨ ਨੂੰ ਇੱਕ ਵੱਡਾ ਪੁਸ਼ ਦੇਣ ਦੇ ਲਈ ਅਸੀਂ ਤੁਹਾਡੇ ਲਈ 30,000 ਪਲੱਸ MCQs ਦੀ ਟੈਸਟ ਸੀਰੀਜ਼ ਲੈ ਕੇ ਆਏ ਹਾਂ, ਅਤੇ ਇਹ ਟੈਸਟ ਸੀਰੀਜ਼ ਤੁਹਾਨੂੰ ਸਿਰਫ 299 ਦੇ ਮਿਨੀਮਮ ਪ੍ਰਾਈਸ ਤੋਂ ਤੁਸੀਂ ਇਹਨੂੰ ਬਾਏ ਕਰ ਸਕਦੇ ਹੋ, ਉੱਥੋਂ ਇਸਦੀ ਸਟਾਰਟਿੰਗ ਹੈ, ਅਤੇ ਇਸ ਨੂੰ ਤੁਹਾਨੂੰ ਕੋਈ 6 ਮਹੀਨਿਆਂ ਦੇ ਲਈ ਜਾਂ ਸਾਲ ਦੇ ਲਈ ਲੈਣਾ ਕੰਪਲਸਰੀ ਨਹੀਂ ਹੈ, ਤੁਹਾਡੀ ਚੋਇਸ ਹੈ। ਅਗਰ ਤੁਸੀਂ ਮੰਥਲੀ ਬਾਏ ਕਰਨਾ ਚਾਹੁੰਦੇ ਹੋ 3 ਮੰਥ ਲਈ, 6 ਮਹੀਨਿਆਂ ਲਈ ਜਾਂ 12 ਮਹੀਨਿਆਂ ਲਈ, ਉਹ ਤੁਹਾਡੀ ਚੋਇਸ ਰਹੇਗੀ। 30,000 ਪਲੱਸ MCQ ਅਸੀਂ ਵੱਖੋ ਵੱਖਰੇ ਸਰੋਤਾਂ ਤੋਂ ਇਹਦੇ ਵਿੱਚ ਕੰਬਾਈਨ ਕੀਤੇ, ਅਤੇ ਟੈਸਟ ਸੀਰੀਜ਼ ਇੰਨੀ ਕੁ ਜ਼ਿਆਦਾ ਅਸੀਂ ਬੈਟਰ ਬਣਾਈ ਹੈ ਕਿ ਅਗਰ ਤੁਸੀਂ ਪ੍ਰਿਪਰੇਸ਼ਨ ਕਰ ਵੀ ਨਹੀਂ ਪਾ ਰਹੇ ਜਾਂ ਤੁਹਾਡੀ ਪ੍ਰਿਪਰੇਸ਼ਨ ਵੀਕ ਚੱਲ ਰਹੀ ਹੈ, ਤੁਸੀਂ ਟੈਸਟ ਸੀਰੀਜ਼ ਨੂੰ ਵਾਰ-ਵਾਰ ਰਿਪੀਟ ਕਰ ਲੈਂਦੇ ਹੋ ਤਾਂ ਤੁਹਾਡਾ PSET ਡੇਟਾ ਕਾਫੀ ਹੱਦ ਤੱਕ ਉਹਦੇ ਕਲੀਅਰ ਹੋਣ ਦੇ ਚਾਂਸਸ ਬਣੇ ਰਹਿਣਗੇ। ਇਹ ਟੈਸਟ ਸੀਰੀਜ਼ ਤੁਹਾਨੂੰ ਮਿਲੇਗੀ ਜੀ DD ਅਕੈਡਮੀ ਭੀਖੀ ਐਪ ਦੇ ਉੱਪਰ, ਅਤੇ ਇਹ ਐਪ ਤੁਹਾਨੂੰ ਪਲੇ ਸਟੋਰ ਐਂਡ ਐਪ ਸਟੋਰ ਦੋਨਾਂ ਦੇ ਉੱਪਰ ਅਵੇਲੇਬਲ ਮਿਲੇਗੀ।